सत श्री अकाल। तुसी देख रहे हो तख्त पंजाब, मैं तुहाडे नाल सुखविंदर सिंह, मेरे नाल उगे सियासी माहिर डॉक्टर केहर सिंह जी मौजूद ने। अहम मुद्दियां दे उत्ते चर्चा करांगे। स्वागत है तुहाडा डॉक्टर साहब। हाँ, सत श्री अकाल सुखविंदर जी। सत श्री अकाल डॉक्टर साहब। नीति आयोग की मीटिंग का पंजाब ते दिल्ली सने कई सूबे ने बायकाट किया सी। भाजपा वाले की पंजाब की तुसी प्रेस कॉन्फ्रेंस सुनी होनी, वो तो बहुत वड्डे वड्डे दावे कर रहे थे कि मीटिंग दे विच जा के पता नहीं पंजाब ने जां बाकी सूबे ने की घाटा खा लिया जां की बहुत वड्डा नुकसान हो जाना इहदे नाल। आखिरकार यह है कि माजरा की है कि वाकई इहदे नाल पंजाब नूं कोई धक्का लग्गिया कि नीति आयोग की मीटिंगां दे विच की वाकई सूबे की उस तरीके दे नाल सुनी जाती है जिवें सुनी जानी चाहीदी है। सुखविंदर जी, इहदे दो पक्ष है असल च ना, इह ਇਹਦਾ ਨਫ਼ਾ ਨੁਕਸਾਨ ਦਾ ਅਤੇ ਉਹ ਇੱਕ ਪੱਖ ਹੈ ਵੀ ਇਹਦੇ ਉੱਥੇ ਪੰਜਾਬ ਜੇ ਨਹੀਂ ਗਿਆ ਜੇ ਬਾਕੀ ਸੂਬੇ ਨਹੀਂ ਗਏ ਅਤੇ ਉਹਨਾਂ ਨੂੰ ਜਿਹੜੇ ਆਰਥਿਕ ਪ੍ਰੋਗਰਾਮ ਹੈਗੇ ਹੈ ਉਹਦੇ ਵਿੱਚ ਉਹਨਾਂ ਦੀ ਭਾਈਵਾਲੀ 'ਚ ਕਿੰਨਾ ਕੁ ਉੱਤੇ ਅਸਰ ਅੰਦਾਜ਼ ਹੋਵੇਗਾ, ਉਹ ਇੱਕ ਪੱਖ ਹੈ। ਪਰ ਦੂਸਰਾ ਮਹੱਤਵਪੂਰਨ ਪੱਖ ਇਹ ਹੈ ਸੁਖਵਿੰਦਰ ਜੀ, ਉਹ ਇਹ ਹੈ ਕਿ ਇਹ ਕਿਉਂ ਬਾਈਕਾਟ ਕੀਤਾ ਜਾ ਰਿਹਾ ਇਹਨਾਂ 8-10 ਰਾਜਾਂ ਵੱਲੋਂ ਜਾਂ ਮੁੱਖ ਮੰਤਰੀਆਂ ਵੱਲੋਂ। ਉਹ ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਜਿਹੜੀ ਇੱਕ ਇਕੱਠ ਹੋ ਰਿਹਾ ਨਾ ਜੇ ਅਪੋਜੀਸ਼ਨ ਯੂਨਿਟੀ ਦਾ, ਉਹਦੇ ਪਿੱਛੇ ਭਾਵਨਾ ਕਾਰਜ ਕਰ ਰਹੀ ਆ। ਤੁਸੀਂ ਦੇਖੋ ਕਿ ਵਿਰੋਧੀ ਰਾਜ ਜਿਹੜੇ ਹੈਗੇ ਆ ਨਾ, ਪਾਰਟੀਆਂ ਜਿੱਥੇ ਰਾਜ ਕਰ ਰਹੀਆਂ ਹੋਈਆਂ, ਉਹ ਸਾਰੇ ਹੀ ਸੂਬੇ ਲਗਭਗ ਉਹ ਜਿਹੜੇ ਕਿ ਬੀਜੇਪੀ ਦੇ ਨਾਲ ਜਿਹਨਾਂ ਦੀ ਸੁਰ ਨਹੀਂ ਰਲਦੀ, ਉਹ ਸਾਰੇ ਹੀ ਇਹਨੇ ਵੀ ਉਹ ਬਾਈਕਾਟ ਕਰ ਰਹੇ ਹੋਏ ਆ। ਕਾਂਗਰਸ ਦੀ ਇੱਕ ਦੋ ਰਾਜ ਛੱਡ ਦਿਓ ਜਿਨ੍ਹਾਂ ਦੀ ਐਕਸੈਪਸ਼ਨ ਹੈ, ਬਾਕੀ ਤੁਹਾਨੂੰ ਪਤਾ ਕਿ ਰਾਜਸਥਾਨ ਵਾਲਿਆਂ ਨੇ ਵੀ ਬਾਈਕਾਟ ਕਰ ਦਿੱਤਾ ਹੋਇਆ, ਇਹਨੇ ਵੀ ਬਹਾਨਾ ਕੋਈ ਲਾ ਲਿਆ ਹੋਇਆ ਨਾ। ਅਤੇ ਸਾਰੀਆਂ ਸਾਊਥ ਦੀਆਂ ਸਟੇਟਸ ਜਿਹੜੀਆਂ ਹੈਗੀਆਂ, ਤਿੰਨ ਨੇ ਮੇਨ, ਉਹਦੇ ਵਿੱਚੋਂ ਆਪਾਂ ਨੂੰ ਪਤਾ ਕਿ ਤਾਮਿਲਨਾਡੂ ਹੈਗਾ, ਕੇਰਲ ਹੈਗਾ ਅਤੇ ਆਪਣਾ ਤੇਲੰਗਾਨਾ ਹੈਗਾ। ਪਰ ਉਹ ਦੂਸਰੇ ਸੂਬੇ ਜਿਹੜੇ ਹੈਗੇ ਆ ਉਹਨਾਂ ਨੇ ਨਹੀਂ ਕੀਤਾ, ਯਾਨੀ ਕਿ ਜਿਵੇਂ ਉੜੀਸਾ ਨੇ ਨਹੀਂ ਕੀਤਾ, ਔਰ ਆਪਣੇ ਇਸ ਤਰ੍ਹਾਂ ਹੀ ਆਪਣੇ ਜਿਹੜਾ ਪੈਦਾ ਹੈ ਆਂਧਰਾ ਪ੍ਰਦੇਸ਼, ਉਹਨਾਂ ਦੇ ਚੀਫ ਮਿਨਿਸਟਰ ਨੇ, ਉਹਨਾਂ ਨੇ ਵੀ ਬਾਈਕਾਟ ਕੀਤਾ। ਯਾਨੀ ਕਿ ਲਾਈਨ ਜਿਹੜੀ ਡਰਾ ਹੋਈ ਹੈ ਜਿਨ੍ਹਾਂ ਨੇ ਅਟੈਂਡ ਕੀਤਾ ਜਾਂ ਜਿਨ੍ਹਾਂ ਨੇ ਨਹੀਂ ਕੀਤਾ, ਉਹਦੇ ਵਿੱਚ ਸਿਆਸੀ ਸੋਚ ਅਤੇ ਦ੍ਰਿਸ਼ਟੀਕੋਣ ਬੀਜੇਪੀ ਪ੍ਰਤੀ ਜਿਹੜਾ ਹੈਗਾ ਉਹ ਉਹਦੇ 'ਚੋਂ ਰਿਫਲੈਕਟ ਹੋ ਰਿਹਾ। ਇਹਦੇ 'ਚੋਂ ਇੱਕ ਰਾਜਨੀਤੀ ਵੀ ਹੈਗੀ ਹੈ ਕਿ ਜਿਹੜਾ ਯਤਨ ਹੋ ਰਿਹਾ ਹੋਇਆ ਕਿ ਐਂਟੀ ਬੀਜੇਪੀ ਮੁਹਾਜ਼ ਜਿਹੜਾ ਹੈ, ਐਂਟੀ ਮੋਦੀ ਮੁਹਾਜ਼ ਹੈ, ਉਹਨੂੰ ਮਜ਼ਬੂਤ ਕੀਤਾ ਜਾਏ, ਉਹਦੇ ਵਿੱਚ ਇੱਕ ਇਹ ਸੋਚ ਵੀ ਸ਼ਾਮਿਲ ਹੈ। ਇਹ ਪੱਖ ਵੀ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਦੂਸਰਾ ਹੈ ਆਰਥਿਕ ਪੱਖ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ। ਦੇਖੋ, ਪਹਿਲਾਂ ਆਪਾਂ ਨੂੰ ਪਤਾ ਕਿ ਪਲੈਨਿੰਗ ਬੋਰਡ ਹੁੰਦਾ ਸੀਗਾ, ਮੋਦੀ ਸਾਹਿਬ ਨੇ ਆ ਕੇ ਪਲੈਨਿੰਗ ਬੋਰਡ ਦੇ ਥਾਂ ਇਹਨਾਂ ਨੇ ਨੀਤੀ ਆਯੋਗ ਬਣਾ ਦਿੱਤਾ ਹੈ, ਜਿਹਦੇ ਵਿੱਚ ਸਾਰੇ ਹੀ ਰਾਜਾਂ ਦੇ ਮੁੱਖ ਮੰਤਰੀ ਹੁੰਦੇ ਹੈ ਅਤੇ ਮੁੱਖ ਪ੍ਰਧਾਨ ਮੰਤਰੀ ਜੀ ਉਹਦੀ ਸਦਾਰਤ ਕਰਦੇ ਹੈ, ਔਰ ਉਹਦੇ ਵਿੱਚ ਜਿੰਨੇ ਵੀ ਪ੍ਰਪੋਜ਼ਲ ਆਉਂਦੇ ਆ ਵੱਖ ਵੱਖ ਰਾਜਾਂ ਦੇ, ਉਹਨਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਔਰ ਨਿਰਣਾ ਕੋਲੈਕਟਿਵ ਲਿਆ ਜਾਂਦਾ ਹੈ। ਯਾਨੀ ਕਿ ਉਹ ਇੱਕ ਮੰਚ ਹੈ ਜਿਹਦੇ ਵਿੱਚ ਤੁਸੀਂ ਵੱਖ ਵੱਖ ਖਿੱਤਿਆਂ ਦੀ, ਸੂਬਿਆਂ ਦੀ ਮੰਗ ਜਿਹੜੀ ਹੈ ਉਹ ਤੁਸੀਂ ਜਿਹੜੀ ਸਾਂਝਾ ਮੰਚ ਹੈ ਨਾ ਜੀ, ਉਹਦੇ ਵਿੱਚ ਰੱਖ ਸਕਦੇ ਹੋ, ਦਲੀਲ ਦੇ ਸਕਦੇ ਹੋ, ਆਰਗੂਮੈਂਟ ਕਰ ਸਕਦੇ ਹੋ ਵੀ ਇਹਦਾ ਆਧਾਰ ਕੀ ਹੈ ਔਰ ਇਹਦੀ ਜਾਇਜ਼ਤਾ ਕੀ ਹੈ, ਲੈਜੀਟੀਮੇਸੀ ਕੀ ਹੈ, ਉਚਿਤਤਾ ਕੀ ਹੈ, ਉਹ ਉੱਥੇ ਦਲੀਲ ਦੇਣ ਦਾ ਉਹ ਮੰਚ ਹੈ ਤਾਂ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। ਉਸ ਪੱਖੋਂ ਮੈਨੂੰ ਲੱਗਦਾ ਇਹ ਹੈ ਕਿ ਇਹ ਆਪਣੀ ਪੰਜਾਬ ਦੀ ਪ੍ਰਤੀਨਿਧਤਾ, ਜਿਹੜੀਆਂ ਵੀ ਸਾਡੀਆਂ ਪ੍ਰੋਜੈਕਟ ਸੀਗੇ ਉਹ ਹੁਣ ਪ੍ਰੋਜੈਕਟ ਜਿਹੜੀ ਹੈ ਉਹਨਾਂ ਨੂੰ ਉੱਥੇ ਕੌਣ ਪ੍ਰੋਜੈਕਟ ਕਰੇਗਾ, ਉਹਨਾਂ ਲਈ ਕੌਣ ਆਰਗੂ ਕਰੇਗਾ, ਉਹ ਤੇ ਅਸੀਂ ਮੈਨੂੰ ਲੱਗਦਾ ਕਿ ਪੰਜਾਬ ਇਸ ਪੱਖੋਂ ਵਿਰਵਾ ਰਹਿ ਜਾਏਗਾ। ਹੁਣ ਉਹਨਾਂ ਕੋਲ, ਕੇਂਦਰ ਦੇ ਕੋਲ, ਬੀਜੇਪੀ ਦੇ ਕੋਲ ਇੱਕ ਬਹਾਨਾ ਵੀ ਹੋ ਜਾਏਗਾ ਕਿ ਅਸੀਂ ਤੇ ਬੜਾ ਕੁਛ ਕਰਨਾ ਚਾਹੁੰਦੇ ਸੀ ਪੰਜਾਬ ਵਾਸਤੇ, ਪਰ ਪੰਜਾਬ ਦਾ ਪ੍ਰਤੀਨਿਧ ਇੱਥੇ ਆਇਆ ਹੀ ਨਹੀਂ ਅਤੇ ਅਸੀਂ ਹੁਣ ਕੀ ਕਰ ਸਕਦੇ, ਜੋ ਸਾਡੀ ਸੋਚ ਹੈ, ਸਾਡੀ ਸਮਝ ਹੈ, ਉਹਦੇ ਮੁਤਾਬਕ ਉਹ ਹੁਣ ਫੈਸਲਾ ਕਰਨਗੇ ਕਿ ਅਸੀਂ ਕਿਹੜੇ ਪ੍ਰੋਜੈਕਟ ਪੰਜਾਬ ਨੂੰ ਦੇਣੇ ਹੈ, ਕਿਹੜੇ ਨਹੀਂ ਦੇਣੇ। ਹੁਣ ਉਹਦੇ ਵਿੱਚ ਬੀਜੇਪੀ ਦੀ ਰਾਜਨੀਤੀ ਜਿਹੜੀ ਹੈ
ਉਹ ਪਹਿਲਾਂ ਵੀ ਭਾਰੂ ਰਹਿਣੀ ਸੀ, ਹੁਣ ਵਧੇਰੇ ਭਾਰੂ ਹੋ ਜਾਏਗੀ, ਤੇ ਹੁਣ ਉਹਨਾਂ ਕੋਲ ਇੱਕ ਬਹਾਨਾ ਹੋ ਜਾਏਗਾ ਕਿ ਕਿਉਂਕਿ ਉਹ ਆਏ ਨਹੀਂ, ਅਸੀਂ ਆਪਣੀ ਸੋਚ ਮੁਤਾਬਕ, ਸਾਂਝੀ ਸੋਚ ਜੋ ਬਣੀ ਹੈ ਉਹਦੇ ਮੁਤਾਬਕ ਨੂੰ ਜੋ ਅਸੀਂ ਇਹਨਾਂ ਸੂਬਿਆਂ ਨੂੰ ਪ੍ਰੋਜੈਕਟ ਦੇ ਸਕਦੇ ਹਾਂ ਉਹ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਦੋਨੇ ਹੀ ਪਾਸੇ ਆਰਗੂਮੈਂਟ ਚੱਲੇਗੀ। ਮੇਰੀ ਨਿੱਜੀ ਰਾਏ ਤੇ ਇਹੀ ਹੈਗੀ ਹੈ ਕਿ ਸਿਆਸੀ ਮਫਾਦ ਜਿਹੜੇ ਹੈਗੇ ਹੈ ਉਹ ਨੀਤੀ ਆਯੋਗ ਤੇ ਜਿਹੜਾ ਹੈ ਨਾ ਇਹ ਜਿਹੜਾ ਨਾ ਬਾਈਕਾਟ ਨਹੀਂ ਸੀ ਕਰਨਾ ਚਾਹੀਦਾ। ਮੇਰੀ ਰਾਏ ਤੇ ਇਹੀ ਸੀਗੀ ਕਿ ਉੱਥੇ ਸਿਆਸੀ ਮਫਾਦ ਨੂੰ ਛੱਡ ਕੇ ਜੋ ਆਰਥਿਕ ਹਿੱਤ ਹਨ ਸੂਬੇ ਦੇ ਉਹ ਜ਼ੋਰਦਾਰ ਢੰਗ ਨਾਲ ਉਹਦੀ ਪ੍ਰੈਜੈਂਟੇਸ਼ਨ ਕਰਨੀ ਚਾਹੀਦੀ ਸੀ, ਤੇ ਜੇ ਨਾ ਪ੍ਰਵਾਨ ਹੁੰਦਾ ਤੇ ਫਿਰ ਸਗੋਂ ਤੁਹਾਡੇ ਕੋਲ ਦਲੀਲ ਹੋ ਜਾਣੀ ਸੀ, ਸਿਆਸੀ ਮੰਚਾਂ ਤੇ ਤੁਸੀਂ ਭੰਡ ਸਕਦੇ ਸੀ ਕਿ ਇਹ ਬੜੀ ਵਾਜਬ ਜੀ ਗੱਲ ਅਸੀਂ ਕੀਤੀ ਸੀ ਔਰ ਇਹ ਸਾਡੀ ਪ੍ਰਵਾਨ ਨਹੀਂ ਹੋਈ। ਸਗੋਂ ਇਹ ਮਜ਼ਬੂਤ ਸਿਆਸੀ ਦਲੀਲ ਬਣ ਜਾਣੀ ਸੀ। ਹੁਣ ਸਗੋਂ ਬੀਜੇਪੀ ਦੇ ਹੱਥ ਵਿੱਚ ਇਹ ਸਿਆਸੀ ਦਲੀਲ ਉਹਨਾਂ ਦੇ ਹੱਥ ਵਿੱਚ ਚਲੀ ਗਈ ਹੈ। ਮੇਰੀ ਨਿੱਜੀ ਰਾਏ ਤਾਂ ਇਹੀ ਹੈ ਸੁਖਵਿੰਦਰ ਜੀ, ਉੱਥੇ ਪੰਜਾਬ ਨੂੰ ਜਾਣਾ ਚਾਹੀਦਾ ਸੀ, ਬਾਕੀ ਸੂਬਿਆਂ ਨੂੰ ਵੀ ਜਾਣਾ ਚਾਹੀਦਾ ਸੀ, ਪਰ ਮੈਨੂੰ ਲੱਗਦਾ ਕਿ ਜਿਸ ਕਿਸਮ ਦੀ ਅਦਾਵਤ ਉਹ ਹੁਣ ਆਪਾਂ ਨੂੰ ਪਤਾ ਹੈ ਕਿ ਆਪ ਦੀ ਕੇਂਦਰੀ ਲੀਡਰ ਜਿਹੜੇ ਹਨ ਕੇਜਰੀਵਾਲ ਸਾਹਿਬ ਉਹਨਾਂ ਦੀ ਅਦਾਵਤ ਉੱਥੇ ਹੋ ਚੁੱਕੀ ਹੋਈ ਆ। ਆਪਾਂ ਨੂੰ ਪਤਾ ਹੈ ਕਿ ਆਰਡੀਨੈਂਸ ਵੀ ਹੋਇਆ ਜਿਹਦਾ ਜ਼ਿਕਰ ਤੁਸੀਂ ਅਕਸਰ ਕਰਦੇ ਰਹਿੰਦੇ ਹੋਇਓ, ਅਤੇ ਆਰਡੀਨੈਂਸ ਕਰਕੇ ਉਹਨਾਂ ਦੀਆਂ ਤਾਕਤਾਂ ਘਟਾਉਣ ਦੀ ਹੋਰ ਤਰ੍ਹਾਂ ਦਾ ਵੀ ਕੁੰਡਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਉਹ ਇਹਨੇ ਵੇ ਨਿੱਜੀ ਅਦਾਵਤ ਜੀ ਬਣਦੀ ਨਜ਼ਰ ਆਉਂਦੀ ਹੈ। ਅਤੇ ਜਦੋਂ ਨਿੱਜੀ ਅਦਾਵਤ ਨੂੰ ਧਿਆਨ ਵਿੱਚ ਰੱਖ ਕੇ ਇਹੋ ਜਿਹੇ ਫੈਸਲੇ ਕੀਤੇ ਜਾਂਦੇ ਨੇ ਅਤੇ ਮੈਨੂੰ ਉਹ ਇੰਨੇ ਕਾਰਗਰ ਨਹੀਂ ਲੱਗਦੇ, ਉਹ ਮੈਨੂੰ ਇੰਨੇ ਪਾਜ਼ੀਟਿਵ ਨਹੀਂ ਲੱਗਦੇ, ਜਿਹੜੀ ਸਿਆਸੀ ਮੰਚਾਂ ਦੇ ਵਿੱਚ ਜਾ ਕੇ ਆਪਣੀ ਗੱਲ ਪ੍ਰੈਜੈਂਟ ਹੋ ਕੇ ਕਹੀ ਜਾਂਦੀ ਹੈ ਉਹ ਵਧੇਰੇ ਕਾਰਗਰ ਸਾਬਿਤ ਹੁੰਦੀ ਹੈ ਸੁਖਵਿੰਦਰ ਜੀ, ਬਨਿਸਬਤ ਬਾਈਕਾਟ ਦਾ। ਬਾਈਕਾਟ 'ਤੇ ਸਿਰਫ ਤੁਸੀਂ ਇਹ ਕਹਿਣਾ ਹੀ ਚਾਹੁੰਦੇ ਹੋ ਨਾ ਵੀ ਅਸੀਂ ਉਹਨਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਹ ਧੱਕੇ ਕਰ ਰਹੇ ਹੈ। ਜਿਸ ਤਰ੍ਹਾਂ ਉਹ ਆਪਾਂ ਨੂੰ ਪਤਾ ਨਾ ਕਿ ਉਹ ਤੇਲੰਗਾਨਾ ਵਾਲਾ ਦਾ ਮੈਂ ਸੁਣ ਰਿਹਾ ਸੀ ਉਹਨਾਂ ਦੀ ਵੀਡੀਓ, ਅਤੇ ਉਹ ਕਹਿ ਰਹੇ ਸੀ ਕਿ ਐਮਰਜੈਂਸੀ ਦੇ ਹਾਲਾਤ ਮੋਦੀ ਸਰਕਾਰ ਨੇ ਕਰ ਦਿੱਤੇ ਹੋਏ ਹੈ, ਅਤੇ ਜਦੋਂ ਉਹ ਐਮਰਜੈਂਸੀ ਦੇ ਹਾਲਾਤ ਹਨ ਅਤੇ ਉੱਥੇ ਜਾਣ ਦਾ ਸਾਨੂੰ ਫਾਇਦਾ ਹੀ ਕੀ ਹੈ, ਅਨਡਿਕਲੇਅਰਡ ਐਮਰਜੈਂਸੀ ਹੈਗੀ ਹੈ। ਸੋ ਮੇਰੀ ਨਿੱਜੀ ਤਾਂ ਰਾਏ ਇਹੀ ਹੈ ਕਿ ਇਹ ਪੰਜਾਬ ਵਾਲਿਆਂ ਨੂੰ ਜ਼ਰੂਰ ਉੱਥੇ ਜਾਣਾ ਚਾਹੀਦਾ। ਪੰਜਾਬ ਦੇ ਹਾਲਾਤ ਬਾਕੀ ਸੂਬਿਆਂ ਨਾਲੋਂ ਵੱਖਰੇ ਹਨ ਅਤੇ ਸਾਨੂੰ ਇਸ ਸੂਬੇ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੀ ਪ੍ਰਤੀਨਿਧਤਾ ਉੱਥੇ ਹੋਣੀ ਚਾਹੀਦੀ। ਸੁਖਵਿੰਦਰ ਜੀ ਮੇਰੀ ਸਮਝ ਇਹ ਹੈ ਜੀ। ਬਿਲਕੁਲ, ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਤਾਂ ਸਵਾਲ ਚੁੱਕੇ ਨੇ ਇਸ ਮਸਲੇ ਤੇ, ਕੇਂਦਰੀ ਪੱਧਰ ਤੇ ਵੀ ਸਵਾਲ ਚੁੱਕੇ ਗਏ ਨੇ ਕਿ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਦੇਸ਼ ਨੂੰ ਬਚਾਉਣ ਦੀ ਕਹਿੰਦੇ ਅਸੀਂ ਲੜਾਈ ਲੜ ਰਹੇ ਹਾਂ, ਉਹ ਕਹਿੰਦੇ ਅਸੀਂ ਤਾਨਾਸ਼ਾਹੀ ਦੇ ਖਿਲਾਫ਼ ਲੜ ਰਹੇ ਹਾਂ। ਤੇਲੰਗਾਨਾ ਦੇ ਮੁੱਖ ਮੰਤਰੀ KCR ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਬੀਜੇਪੀ ਵਾਲੇ ਕਹਿੰਦੇ ਕਿ ਐਕਸਾਈਜ਼ ਪਾਲਿਸੀ ਜਿਹੜੀ ਦਿੱਲੀ ਦੇ ਵਿੱਚ ਸ਼ਰਾਬ ਘੁਟਾਲਾ ਉਹਦੇ ਵਿੱਚ ਇਹ ਕਹਿੰਦੇ ਰਲੇ ਮਿਲੇ ਹੋਏ ਨੇ, ਇਸ ਕਰਕੇ ਕੋਈ ਗੱਲ ਨਹੀਂ ਜੇ ਇਹਨਾਂ ਦੀ ਮੁਲਾਕਾਤ ਹੋ ਗਈ ਤੇ ਫਿਰ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਧਰੋਂ ਰਾਜਾ ਵੜਿੰਗ ਹੋਣੀ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਸੁਪਰੀਮ ਕੋਰਟ ਦਾ ਰੁਖ ਕਰਦੇ, ਉੱਥੇ ਜਾ ਕੇ ਗੱਲਬਾਤ ਕਰਦੇ, ਐਵੇਂ ਗੇੜੇ ਮਾਰੀ ਜਾਂਦੇ ਨੇ, ਕਦੇ ਕਿਸੇ ਨੂੰ ਮਿਲ ਲਿਆ ਕਦੇ ਕਿਸੇ ਨੂੰ ਮਿਲ ਲਿਆ। ਹਾਲਾਂਕਿ ਕੇਜਰੀਵਾਲ ਸਾਹਿਬ ਨੇ ਰਾਹੁਲ ਗਾਂਧੀ ਹੋਰਾਂ ਤੋਂ ਵੀ ਮਿਲਣ ਦਾ ਸਮਾਂ ਮੰਗਿਆ, ਮਲਕਾਰਜੁਨ ਖੜਗੇ ਸਾਹਿਬ ਨੂੰ ਵੀ ਕਿਹਾ, ਪਰ ਇੱਧਰੋਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਨੇ ਚਿੱਠੀ ਲਿਖ ਕੇ ਭੇਜੀ ਸੀ ਉਹਦਾ ਅਸਰ ਇਹ ਆ ਕਿ ਹਾਲੇ ਤੱਕ ਕੋਈ ਜਵਾਬ ਨਹੀਂ ਆ ਰਿਹਾ। ਰਾਜਾ ਵੜਿੰਗ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਾ ਆ ਉਹ ਹਾਈਕਮਾਨ ਤੇ ਛੱਡਿਆ ਕਿ ਉਹਨਾਂ ਨੇ ਇਹਨਾਂ ਨੂੰ ਮਿਲਣਾ ਹੈ ਜਾਂ ਨਹੀਂ ਮਿਲਣਾ, ਇਹਨਾਂ ਨੂੰ ਸਮਰਥਨ ਦੇਣਾ ਹੈ ਜਾਂ ਨਹੀਂ ਦੇਣਾ, ਉਹ ਅਗਲੀ ਗੱਲ ਹੈ। ਪਰ ਹੁਣ ਮੈਂ ਜੇ ਅੱਜ ਦੀ ਗੱਲ ਕਰਾਂ, ਦਿਨ ਬੜਾ ਖਾਸ ਹੈ 28 ਮਈ ਦਾ, ਇੱਕ ਤਾਂ ਐਤਵਾਰ ਹੈ, ਲੋਕ ਵਿਹਲੇ ਹੋ ਕੇ ਟੀਵੀ ਤੇ ਬਹਿ ਕੇ ਵੇਖਣਗੇ। ਤਮਾਸ਼ਾ ਟਾਈਪ ਜਿਹੜਾ ਬਣਿਆ ਹੋਇਆ ਸੀਗਾ ਕਿ ਨਵੀਂ ਸੰਸਦ ਦਾ ਉਦਘਾਟਨ ਹੋਣਾ, ਵਿਰੋਧੀ ਵਿਰੋਧ ਕਰ ਰਹੇ ਨੇ, ਉਧਰੋਂ ਜਿਹੜੀਆਂ ਭਲਵਾਨ ਕੁੜੀਆਂ ਨੇ ਪਿਛਲੇ 1.25 ਮਹੀਨੇ ਤੋਂ ਬੈਠੀਆਂ ਨੇ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ, ਜਿਨਸੀ ਸ਼ੋਸ਼ਣ ਦਾ ਮਸਲਾ ਹੈ, ਬੀਜੇਪੀ ਦੇ ਸੰਸਦ ਮੈਂਬਰ ਦੇ ਅਸਤੀਫੇ ਤੋਂ ਬਾਅਦ ਉਹਨੂੰ FIR ਵੀ ਹੋ ਚੁੱਕੀ ਹੈ, ਪਰ ਉਹ ਕਹਿ ਰਹੀਆਂ ਨੇ ਕਿ ਇਹਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਹ ਮਹਿਲਾ ਪੰਚਾਇਤ ਸੱਦੀ ਹੈ, ਮੇਨ ਗੱਲ ਉਹਦੇ ਵਿੱਚ ਇਹ ਹੈ, ਉਹਦਾ ਅਸਰ ਪੂਰੇ ਮੁਲਕ ਵਿੱਚ ਵੀ ਨਾਲੋਂ ਨਾਲ ਦੇਖਣ ਨੂੰ ਮਿਲਣਾ ਹੈ ਕਿ ਜਿੱਥੇ ਨਵੀਂ ਸੰਸਦ ਦੀ ਖ਼ਬਰ ਬਣਨੀ ਹੈ ਕਿ ਵਿਰੋਧੀ ਨਹੀਂ ਆਏ ਜਾਂ ਜਿਹੜੀਆਂ ਪਾਰਟੀਆਂ ਨੇ ਵਿਰੋਧ ਕੀਤਾ ਉਹ ਕਿਉਂ ਨਹੀਂ ਆਈਆਂ, ਉਹਦੇ ਕੀ ਰਿਐਕਸ਼ਨ
ਉੱਥੇ ਇਹ ਵੀ ਇੱਕ ਚਿਹਰਾ ਜਿਹੜਾ ਉਹ ਦੁਨੀਆ ਪੱਧਰ ਤੇ ਜਾਏਗਾ ਕਿ ਦੇਖੋ ਕੁੜੀਆਂ ਇਨਸਾਫ ਮੰਗ ਰਹੀਆਂ ਨੇ ਉਸ ਮਾਮਲੇ ਚ, ਇਹ ਸਰਕਾਰ ਕੀ ਕਰ ਰਹੀ ਹੈ ਜਿਹੜੀ ਨਵਾਂ ਭਾਰਤ ਸਿਰਜਣ ਦੀ ਗੱਲ ਕਰਦੀ ਹੈ, ਜਿਹੜੀ ਵਿਕਾਸ ਦੀ ਗੱਲ ਕਰਦੀ ਹੈ। ਇੱਧਰ ਪੰਜਾਬ ਚ ਵੀ ਗੁਰਦੁਆਰਾ ਅੰਬ ਸਾਹਿਬ ਵੱਲ ਨੂੰ ਵੀਰਾ ਘੱਤ ਕੇ ਉਧਰੋਂ ਰਾਜਪਾਲ ਸਾਹਿਬ ਦੇ ਦੁਆਰ ਤੱਕ ਜਾਣਾ, ਬੀਬੀਆਂ ਨੇ ਜਿਹੜੀਆਂ ਉੱਧਰ ਨਹੀਂ ਜਾ ਸਕਦੀਆਂ ਦਿੱਲੀ, ਉਹ ਕਿਸਾਨਾਂ ਨੇ ਉਹ ਇੱਕ ਮੁਹਾਜ ਖੜਾ ਕੀਤਾ ਕਿ ਅਸੀਂ ਵੀ ਭਲਵਾਨਾਂ ਦੇ ਹੱਕ ਵਿੱਚ ਇੱਦਾਂ ਜਾਵਾਂਗੇ। ਕਾਫੀ ਮਤਲਬ ਕਿ ਗਹਿਮਾ ਗਹਿਮੀ ਦੇਖਣ ਨੂੰ ਮਿਲੇਗੀ ਇਸ ਮਾਹੌਲ ਦੇ ਵਿੱਚ। ਸੁਖਵਿੰਦਰ ਜੀ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਜਿਹੜੀ ਖਬਰ ਬਣਨੀ ਹੈ ਨਾ ਅੰਤਰਰਾਸ਼ਟਰੀ ਪੱਧਰ ਤੇ, ਇੱਕ ਤੇ ਬਾਈਕਾਟ ਦੀ ਤੇ ਬਣਨੀ ਹੈ, ਉਹ ਤੇ ਸਮਝ ਆ ਜਾਂਦੀ ਹੈ ਕਿ ਸਿਆਸੀ ਧਿਰਾਂ ਜਿਹੜੀਆਂ ਹੈਗੀਆਂ ਕਿ ਪ੍ਰੈਜ਼ੈਂਟ ਰਜੀਮ ਦੇ ਖਿਲਾਫ ਇੱਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹੋਈਆਂ, ਉਹਨਾਂ ਨੂੰ ਮੁੱਦਾ ਕੋਈ ਵੀ ਹੋਵੇ, ਚਾਹੇ ਨੀਤੀ ਆਯੋਗ ਵਾਲਾ ਹੋਵੇ ਤੇ ਚਾਹੇ ਅੱਜ ਜਿਹੜਾ ਆਪਣਾ ਹੋਣ ਜਾ ਰਿਹਾ ਹੋਇਆ ਇਹ ਉਦਘਾਟਨ ਕੀਤਾ ਜਾਣਾ ਨਵੇਂ ਪਾਰਲੀਮੈਂਟ ਸਦਨ ਦਾ, ਬਿਲਡਿੰਗ ਦਾ, ਪਰ ਉਹਦੇ ਵਿੱਚ ਮੁੱਖ ਖਬਰ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਸੁਖਵਿੰਦਰ ਜੀ ਉਹੀ ਬਣਨੀ ਹੈ। ਉਹਦੇ ਦੇਖੋ ਇਹ ਮੈਨੂੰ ਬਿਲਕੁਲ ਨਹੀਂ ਸਮਝ ਆ ਰਹੀ ਕਿ ਜਦੋਂ ਪਾਸਕੋ ਦੇ ਵਿੱਚ ਜਦੋਂ ਇਹ ਕੇਸ ਰਜਿਸਟਰ ਹੋ ਜਾਂਦਾ ਹੈ ਇੱਕ ਬੰਦੇ ਦੇ ਖਿਲਾਫ, ਉਹ ਬੀਜੇਪੀ ਦਾ MP ਜਿਹੜਾ ਇਹਦਾ ਪ੍ਰਧਾਨ ਹੈਗਾ, ਉਹਦੇ ਖਿਲਾਫ ਜਦੋਂ ਕੇਸ ਦੇ FIR ਹੋ ਜਾਂਦੀ ਹੈ, ਉਹਨੂੰ ਬੁਲਾ ਕੇ ਪੁੱਛ ਗਿੱਛ ਨਾ ਕਰਨਾ, ਉਹ ਤੇ ਜ਼ਾਹਰਾ ਤੌਰ ਤੇ ਹੀ ਦਿਸ ਰਿਹਾ ਹੋਇਆ ਸੁਖਵਿੰਦਰ ਜੀ ਕਿ ਇਹ ਸਿਆਸੀ ਮਫਾਦ ਜਾਂ ਮਜਬੂਰੀ ਕੋਈ BJP ਦੀ ਲੱਗਦੀ ਹੈ, ਜਿਹਦੇ ਕਰਕੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਇਨੀਸ਼ੀਏਟ ਕੀਤਾ ਜਾ ਰਿਹਾ। ਇਹ ਤੇ ਵਾਇਲੇਸ਼ਨ ਹੀ ਲੱਗਦੀ ਹੈ ਕਿ ਇਹ ਬਹੁਤ ਸੰਗੀਨ ਜੁਰਮ ਹੈ ਜਿਹੜਾ ਜੀ ਪ੍ਰੀਵੈਂਸ਼ਨ ਆਫ ਕ੍ਰਾਈਮ ਅਗੇਂਸਟ ਚਾਈਲਡ ਹੈ ਨਾ, ਜਿਹੜਾ ਘੱਟ ਉਮਰ ਦੇ ਬੱਚਾ ਹੈ ਨਾ, ਜਿਹੜਾ ਤੁਹਾਨੂੰ ਪਤਾ ਜਿਹੜਾ ਉਹਦੇ ਵਿੱਚ ਹੈ ਨਾ, ਉਹ ਕੀਤਾ ਹੋਇਆ, ਬਾਕੀ ਭਲਵਾਨ ਦੀ ਛੱਡ, ਜਿਹੜੇ ਘੱਟ ਉਮਰ ਵਾਲੇ ਬੱਚਿਆਂ ਦਾ ਜਿਹੜਾ ਉਹ FIR ਰਜਿਸਟਰ ਹੋਈ ਹੈ, ਉਹ ਤੇ ਇਮੀਡੀਏਟ ਅਰੈਸਟ ਹੋਣੀ ਚਾਹੀਦੀ ਹੈ, ਔਰ ਇਮੀਡੀਏਟ ਅਰੈਸਟ ਤਾਂ ਕੀ ਹੋਣੀ, ਉਹਨੂੰ ਬੁਲਾ ਕੇ ਪੁੱਛਗਿੱਛ ਵੀ ਨਹੀਂ ਕੀਤੀ ਜਾ ਰਹੀ। ਇਹ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ BJP ਦੀ ਛਵੀ ਜਿਹੜੀ ਹੈ ਉਹ ਸਾਰੇ ਹੀ ਸੋਚਵਾਨ ਵਰਗਾਂ ਦੇ ਵਿੱਚ ਉਹ ਵਿਗੜ ਰਹੀ ਹੋਈ ਹੈ। ਮੈਨੂੰ ਨਹੀਂ ਸਮਝ ਆ ਰਹੀ ਵੀ ਇਹ ਇੰਨੀ ਸਿਆਸੀ ਮਜਬੂਰੀ ਵੀ ਕੀ ਹੁੰਦੀ ਹੈ ਕਿ ਤੁਹਾਨੂੰ ਸੈਂਸੀ ਪੈਂਤੜਾ ਇਹੋ ਜਿਹਾ ਲੈ ਲਓ ਜਿਹਦਾ ਤੁਹਾਨੂੰ ਲਾਹੇਵੰਦਾ ਨਾ ਰਹੇ, ਮੈਨੂੰ ਬਿਲਕੁਲ ਨਹੀਂ ਸਮਝ ਆ ਰਹੀ। ਪਰ ਦੂਸਰੀ ਗੱਲ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉੱਥੇ ਉਸ ਮੇਲੇ ਦੇ ਵਿੱਚ ਜਿਸ ਕਿਸਮ ਦੀ ਵਿਰੋਧਤਾ ਹੋਣੀ ਹੈ ਇਹਨਾਂ ਭਲਵਾਨਾਂ ਵੱਲੋਂ, ਬੱਚੀਆਂ ਵੱਲੋਂ ਹੋਣੀ ਹੈ, ਔਰ ਜਿਸ ਕਿਸਮ ਦੀ ਸਪੋਰਟ ਇਹਨਾਂ ਨੂੰ ਮਿਲਣੀ ਆ ਉੱਥੋਂ ਇਸ ਖਿੱਤੇ 'ਚੋਂ, ਕਿਸਾਨ ਯੂਨੀਅਨਸ ਵੀ ਦੇ ਰਹੀਆਂ ਸਪੋਰਟ ਦੇ ਰਹੀਆਂ ਹੋਈਆਂ, ਸਿੱਖ ਭਾਈਚਾਰੇ ਦੀਆਂ ਕੁਝ ਜਥੇਬੰਦੀਆਂ ਦੇ ਰਹੀਆਂ ਹੋਈਆਂ, ਸਪੋਰਟਸ ਜਥੇਬੰਦੀਆਂ ਦੇ ਰਹੀਆਂ, ਵਿਰੋਧੀ ਧਿਰਾਂ ਵੀ ਜਥੇ ਸਪੋਰਟ ਕਰ ਰਹੀਆਂ ਹੋਈਆਂ, ਅਤੇ ਇਹਦਾ ਅਸਰ ਜਿਹੜਾ ਹੈ ਉਹ ਮੋਰਲ ਜਿਸਨੂੰ ਆਪਾਂ ਕਹੀਏ ਸਦਾਚਾਰਕ ਸਿਆਸਤ ਵਿੱਚ, ਮੈਂ ਸੁਖਵਿੰਦਰ ਜੀ ਸਮਝਦਾ ਕਿ ਸਿਆਸੀ ਕਾਰਨਾਂ ਕਰਕੇ ਜਦੋਂ ਵਿਰੋਧ ਹੁੰਦਾ ਨਾ ਜੀ, ਉਹਦਾ ਇੰਨਾ ਅਸਰ ਨਹੀਂ ਪੈਂਦਾ ਲੋਕ ਮਾਨਸਿਕਤਾ ਦੇ ਉੱਪਰ, ਤੇ ਜਦੋਂ ਮੋਰਲ ਆਧਾਰ ਹੋਵੇ ਨਾ, ਸਦਾਚਾਰਕ ਆਧਾਰ ਤੇ ਗੱਲ ਹੋਵੇ ਤੇ ਉਹ ਹਰ ਸਧਾਰਨ ਬੰਦਾ ਇਹ ਸੋਚਦਾ ਕਿ ਨਹੀਂ ਯਾਰ ਇਹ ਗਲਤ ਕਰ ਰਹੇ ਹੈ, ਇਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਇਹ ਸਦਾਚਾਰਕ ਆਧਾਰ ਤੇ ਮੈਨੂੰ ਲੱਗਦਾ ਹੈ ਕਿ BJP ਜਿਹੜੀ ਡਿਫੈਂਸਿੰਗ ਹੋ ਗਈ ਹੋਈ ਹੈ, ਔਰ ਉਹ ਉਹਨੂੰ ਨੁਕਸਾਨ ਹੋਏਗਾ। ਔਰ ਤੁਸੀਂ ਦੇਖਣਾ ਇਹ ਹੈ ਕਿ ਜਦੋਂ ਉੱਥੇ ਪਾਬੰਦੀਆਂ ਵੀ ਲੱਗਣੀਆਂ, ਆਪਾਂ ਨੂੰ ਪਤਾ ਕਿ ਉੱਥੇ ਨਹੀਂ ਜਾਣ ਦੇਣਾ ਪ੍ਰੋਟੈਸਟਰਸ ਨੂੰ, ਆਪਾਂ ਨੂੰ ਪਤਾ ਸਰਕਾਰਾਂ ਇਵੇਂ ਹੀ ਕਰਦੀਆਂ ਹੁੰਦੀਆਂ, ਪਰ ਉਹ ਪਈਆਂ ਕਰਨ, ਪਰ ਮੀਡੀਆ ਨੇ ਜਿਸ ਢੰਗ ਨਾਲ ਉਸਨੂੰ ਕਵਰ ਕਰਨਾ ਹੈ ਔਰ ਉਹ ਅੰਤਰਰਾਸ਼ਟਰੀ ਪੱਧਰ 'ਤੇ ਜਾਣਾ ਹੈ, ਉਹਨੇ BJP ਦੀ ਛਵੀ ਨੂੰ ਹੋਰ ਨੁਕਸਾਨ ਦੇ ਬਣਾਉਣਾ ਹੈ ਉਹਦੇ ਵਿੱਚ ਸੁਖਵਿੰਦਰ ਜੀ। ਔਰ ਮੈਨੂੰ ਲੱਗਦਾ ਇਹ ਹੈ ਕਿ ਇਹ ਸਦਾਚਾਰਕ ਇਸ਼ੂ ਜਿਹੜਾ ਇਹ ਬੜਾ ਮਹੱਤਵਪੂਰਨ ਹੈ, ਔਰ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਲੋਕਤੰਤਰ ਦੇ ਲਈ ਵੀ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਜਦੋਂ ਕੋਰਟ ਦੇ ਕਹੇ 'ਤੇ FIR ਹੋ ਜਾਂਦੀ ਹੈ ਔਰ ਉਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਜਾਂਦਾ, ਤੇ ਮੈਨੂੰ ਤਾਂ ਲੱਗਦਾ ਕਿ ਈਵਨ ਕੋਰਟ ਦੇ ਵਿੱਚ ਵੀ ਜਾਣਾ ਚਾਹੀਦਾ। ਇਹ ਜਿਸ ਢੰਗ ਨਾਲ ਇਹਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਹੋਇਆ, ਇਹਦੇ ਨਾਲ ਦੇ ਨਾਲ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਉਹਦੇ ਮੁਤਾਬਕ ਵੀ ਕਾਰਜ ਕਰਨਾ ਚਾਹੀਦਾ, ਤਾਂ ਜੋ ਕਾਨੂੰਨੀ ਪ੍ਰਕਿਰਿਆ ਦੇ ਨਾਲ ਜਿਹੜਾ ਦੋਸ਼ੀ ਹੈ ਉਹਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਏ। ਇਹ ਦੋਨੋਂ ਹੀ ਕਾਰਜ ਕਰਨੇ ਚਾਹੀਦੇ ਹੈ। ਪਰ ਇਹ ਜਿਹੜੀ ਪ੍ਰੋਟੈਸਟ ਕਰਨ ਵਾਲੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸੁਖਵਿੰਦਰ ਜੀ, ਇਹ ਮੈਨੂੰ ਲੱਗਦਾ ਹੈ ਕਿ ਸਿਆਸੀ ਵਿਰੋਧ ਤੋਂ ਵੱਧ ਇਹਦਾ ਅਸਰ ਅੰਤਰਰਾਸ਼ਟਰੀ ਪੱਧਰ 'ਤੇ ਸੋਚਵਾਨ ਮਨੁੱਖਾਂ ਦੇ ਮਨਾਂ 'ਤੇ ਪੈਣਾ ਸੁਖਵਿੰਦਰ ਜੀ। ਔਰ ਮੈਨੂੰ ਲੱਗਦਾ ਹੈ
ਕਿ ਅੱਜ ਜਿਹੜਾ ਇਹ ਉਦਘਾਟਨ ਹੋ ਰਿਹਾ ਇਹਦੀ ਕਿਰਕਰੀ ਜਿਹਨੂੰ ਕਹੀਏ ਨਾ, ਵੀ ਖੀਰ ਉੱਪਰ ਜਿਹਨੇ ਸਵਾਹ ਭੁੱਖਣ ਵਾਲੀ ਗੱਲ ਹੈ, ਇਹੋ ਜਿਹੀ ਗੱਲ ਹੋ ਜਾਣੀ ਹੈ। ਇੱਕ ਪਾਸੇ ਉਹਨਾਂ ਨੇ ਦਮਗਜੇ ਮਾਰਨ ਦੀ ਕੋਸ਼ਿਸ਼ ਕਰਨੀ, ਨਾਲ ਦੀ ਨਾਲ ਉਹ ਉਲਟਾ ਉਹਨਾਂ ਦੇ, ਮੈਨੂੰ ਲੱਗਦਾ ਵੀ ਸਵਾਹ ਤੇ ਖੀਰ ਭੋਗੀ ਜਾ ਰਹੀ ਹੈ ਇਹਨੇ। ਜੀ ਸੁਖਵਿੰਦਰ ਜੀ, ਜੀ ਜੀ ਬਿਲਕੁਲ, ਕਿਹਾ ਵੀ ਆ ਉਹਨਾਂ ਨੇ ਪੰਜਾਬ ਚ ਆ ਕੇ ਵੀ ਸਪੋਰਟ ਮੰਗੀ, ਜਥੇਦਾਰ ਸਾਹਿਬ ਤੋਂ ਵੀ ਮੰਗੀ। ਉਹਨਾਂ ਨੇ ਕਿਹਾ ਕਿ ਅਸੀਂ ਦੁਨੀਆ ਪੱਧਰ ਦੇ ਜਿੰਨੇ ਖਿਡਾਰੀ ਨੇ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓ, ਤਾਂ ਫਿਰ ਓਬਵੀਅਸਲੀ ਹੈ ਕਿ ਇਹ ਖਬਰ ਜਿਹੜੀ ਹੈ ਖਿਡਾਰੀਆਂ ਦੇ ਹਰੇਕ ਵਰਗ ਤੱਕ ਪਹੁੰਚੇਗੀ, ਹਰੇਕ ਮੁਲਕ ਦੇ ਖਿਡਾਰੀ ਤੱਕ ਪਹੁੰਚੇਗੀ, ਤੇ ਉਹ ਵੀ ਦੇਖਣਗੇ ਕਿ ਦੇਖੋ ਕੁੜੀਆਂ ਦੀ ਸੁਰੱਖਿਆ ਦੇ ਲਈ ਜਿਹੜੀ ਸਰਕਾਰ ਗੱਲ ਕਰਦੀ ਉਹ ਕਿੱਥੇ ਖੜੀ। ਖੈਰ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਕੁਝ ਪਾਰਟੀਆਂ ਚਲੋ ਵਿਰੋਧ ਕਰ ਰਹੀਆਂ ਨਵੀਂ ਸੰਸਦ ਦਾ, ਰਾਸ਼ਟਰਪਤੀ ਦਾ ਨਾਮ ਲੈ ਕੇ ਕਿ ਉਹਨਾਂ ਨੂੰ ਅੱਗੇ ਕੀਤਾ ਜਾਏ, ਪ੍ਰਧਾਨ ਮੰਤਰੀ ਨੂੰ ਕਿਉਂ ਕੀਤਾ, ਬਹੁਤ ਸਵਾਲ ਨੇ। ਅਕਾਲੀ ਦਲ ਇਹਦੇ ਵਿੱਚ ਸਮਰਥਨ ਕਰਦਾ ਆ ਤਾਂ ਉਹਦੇ ਤੋਂ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਕੀ ਅਕਾਲੀ ਦਲ ਕਿਸੇ ਸਮਝੌਤੇ ਦੇ ਤਹਿਤ ਜਾਂ ਫਿਰ ਕੋਈ ਨਰਮ ਦਿਲੀ ਦਿਖਾਈ ਜਾ ਰਹੀ ਹੈ ਕਿ 2024 ਨੂੰ ਲੈ ਕੇ ਕਿਸ ਤਰੀਕੇ ਦੀ ਤਿਆਰੀ ਹੈ। ਇਹਦੇ ਵਿੱਚ ਜਦੋਂ ਭੰਮੇ ਕਰਨ ਦੇ ਸਵਾਲ ਉੱਠਦੇ ਨੇ ਕਿ ਉਹ ਤਾਂ ਪਾਰਟੀ ਹੈ, ਉਹਨਾਂ ਤੇ ਉਹਦਾ ਠੱਪਾ ਲੱਗਦਾ ਆ, ਤੇ ਤੁਸੀਂ ਉੱਥੇ ਆਪਣੀ ਸਥਿਤੀ ਸਾਫ਼ ਕਰੋ ਕਿ ਕੀ ਤੁਸੀਂ ਅੱਜ ਵੀ ਉਹਨਾਂ ਦੇ ਨਾਲ ਹੋ ਜਾਂ ਉਹਨਾਂ ਦੀ ਨੀਤੀ ਦੇ ਨਾਲ ਹੋ। ਮੈਂ ਇੱਕ ਖਬਰ ਪੜ੍ਹ ਰਿਹਾ ਸੀਗਾ ਕਿ ਇਹ ਵੀ ਮੰਗ ਉੱਠਣ ਲੱਗ ਗਈ ਹੈ ਕਿ ਜਿਹੜਾ ਸਿੱਖੀ ਤੋਂ ਭਗਵੇਂ ਕਰਨ ਦਾ ਪਰਛਾਵਾਂ ਉਤਾਰਨ ਦੇ ਲਈ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਉਹ ਕੇਵਲ ਸੁਰਮਈ ਹੋਣਾ ਚਾਹੀਦਾ। ਇਸੇ ਕੌਮ ਦੇ ਇੱਕ ਵੱਡੇ ਪ੍ਰਚਾਰਕ ਨੇ ਜਗਤਾਰ ਸਿੰਘ ਬਾਚਕ, ਉਹਨਾਂ ਨੇ ਇਹ ਗੱਲ ਅੱਗੇ ਤੋਰੀ ਹੈ, ਮਤਲਬ ਕਿ ਜਦੋਂ ਭਗਵੇਂ ਕਰਨ ਦੀ ਗੱਲ ਤੁਰਦੀ ਆ ਉਦੋਂ ਅਕਾਲੀ ਦਲ ਤੋਂ ਇਹ ਜਵਾਬਦੇਹੀ ਜ਼ਰੂਰ ਹੁੰਦੀ ਹੈ ਕਿ ਤੁਸੀਂ ਕਿਸ ਮਤਲਬ ਕਿ ਸਮਝੌਤੇ ਦੇ ਤਹਿਤ ਜਾਂ ਕਿਸ ਸਿਆਸਤ ਦੇ ਤਹਿਤ ਤੁਸੀਂ ਬੀਜੇਪੀ ਦੇ ਨਾਲ ਚੱਲ ਰਹੇ ਹੋ, ਜਦੋਂ ਅੱਜ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਵੀ ਸਵਾਲ ਉੱਠਣ ਲੱਗ ਗਏ ਨੇ। ਸੁਖਵਿੰਦਰ ਜੀ, ਜਿਹੜੀ ਪਹਿਲੀ ਗੱਲ ਇਹ ਤੇ ਮੈਂ ਬਾਅਦ ਚ ਆਉਣਾ, ਪਹਿਲੀ ਗੱਲ ਜਿਹੜੀ ਇੱਕ ਮੈਨੂੰ ਦੱਸਣੀ ਸ਼ਾਇਦ ਮੈਂ ਜ਼ਿਕਰ ਕਰਨਾ ਭੁੱਲ ਗਿਆ ਸੀ ਕਿ ਇਸ ਖਿੱਤੇ ਦੇ ਵਿੱਚ ਜਿਹੜੀਆਂ ਬੱਚੀਆਂ ਹੈਗੀਆਂ ਨੇ ਜਿਹੜੀਆਂ ਉਹ ਭਲਵਾਨ ਨੇ, ਉਹ ਹਰਿਆਣਾ ਤੇ ਵੈਸਟਰਨ ਯੂਪੀ ਚੋਂ ਜ਼ਿਆਦਾ ਹੈਗੇ ਆ, ਔਰ ਉਹਨਾਂ ਨੇ ਜਿਹੜੀਆਂ ਖਾਪ ਪੰਚਾਇਤਾਂ ਹੈਗੀਆਂ ਨਾ ਜੀ ਹਰਿਆਣੇ ਦੀਆਂ, ਉਹਨਾਂ ਨੇ ਵੀ ਉਹਨਾਂ ਨੂੰ ਸਪੋਰਟ ਕੀਤੀ ਹੈ। ਤੇ ਜਥੇਦਾਰ ਸਾਹਿਬ ਨੇ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਸੀਗੇ ਵੀ ਇਸ ਖਿੱਤੇ ਦੇ ਵਿੱਚ ਯਾਨੀ ਕਿ ਹੈ ਉਹਨਾਂ ਨੂੰ ਵਧੇਰੇ ਸਪੋਰਟ ਮਿਲਣੀ ਹੈ, ਇਹ ਮੈਂ ਜ਼ਿਕਰ ਕਰਨਾ ਖਾਪ ਪੰਚਾਇਤਾਂ ਵਾਲਾ ਭੁੱਲ ਗਿਆ ਸੀਗਾ ਇੱਕ ਤੇ ਸੀ। ਦੂਸਰੀ ਹੁਣ ਤੁਹਾਡੀ ਗੱਲ ਹੈ, ਤੁਸੀਂ ਪ੍ਰਸ਼ਨ ਕਰ ਰਹੇ ਹੋ ਸੁਖਵਿੰਦਰ ਜੀ, ਉਹ ਇਹ ਹੈ ਜਿਸ ਤਰ੍ਹਾਂ ਜਾਚਕ ਸਾਹਿਬ ਕਹੇ, ਮੈਨੂੰ ਪਤਾ ਕਿ ਅੱਜ ਕੱਲ੍ਹ ਉਹ USA ਬੇਸਡ ਉਹਨਾਂ ਦੀ ਫੈਮਿਲੀ ਹੈਗੀ, ਮੈਂ ਨਿੱਜੀ ਤੌਰ 'ਤੇ ਉਹਨਾਂ ਨੂੰ ਜਾਣਦਾ, ਭਲੇ ਇਨਸਾਨ ਹੈ, ਔਰ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਜਿਹੜਾ ਨਾ ਉਹ ਉਚਾਰਨ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਉਹ ਰਿਕਾਰਡ ਵੀ ਕਰਵਾਇਆ ਹੋਇਆ, ਅੱਛੇ ਇਨਸਾਨ ਹਨ ਔਰ ਸਿੱਖੀ ਨਾਲ ਕਮਿਟਡ ਵੀ ਹੈ, ਪਰ ਜਿਹੜੀ ਉਹਨਾਂ ਨੇ ਰਾਏ ਦਿੱਤੀ ਹੈ ਨਾ ਜੀ, ਇਹ ਮੈਨੂੰ ਠੀਕ ਨਹੀਂ ਲੱਗਦੀ ਸੁਖਵਿੰਦਰ ਜੀ। ਉਹ ਇਸ ਕਰਕੇ ਠੀਕ ਨਹੀਂ ਲੱਗਦੀ ਕਿ ਹਰ ਧਰਮ ਦੀ ਹਰ ਸਮਾਜ ਦੀ ਜਿਹੜੀ ਹੈ ਨਾ ਕੁਝ ਰਵਾਇਤਾਂ ਹੁੰਦੀਆਂ, ਤੇ ਉਹਨਾਂ ਰਵਾਇਤਾਂ ਦਾ ਕੁਝ ਆਧਾਰ ਹੁੰਦਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਆਦੇਸ਼ ਦਿੱਤਾ ਹੁੰਦਾ ਹੈ ਜਾਂ ਉਦੋਂ ਪ੍ਰਥਾਵਾਂ ਸਥਾਪਿਤ ਹੋ ਜਾਂਦੀਆਂ, ਤੇ ਗੁਰੂ ਸਾਹਿਬ ਨੇ ਸਾਨੂੰ ਕੇਸਰੀ ਰੰਗ ਦੀ ਗੱਲ ਕਹੀ ਹੈ। ਜਦੋਂ ਆਪਾਂ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹਾਂ ਨਾ ਜੀ, ਤੇ ਉਹ ਕੇਸਰੀ ਨਿਸ਼ਾਨ ਦੀ ਗੱਲ ਆਪਾਂ ਕਰਦੇ, ਤੁਹਾਨੂੰ ਪਤਾ ਹੈ ਨਾ ਵੀ ਕੇਸਰੀ ਨਿਸ਼ਾਨ ਸਾਡੇ ਸਾਰੇ ਇਕੱਤਰ ਹੋ ਜਾਈਏ ਜੀ ਆਪਾਂ, ਤੇ ਇਹਦਾ ਮਤਲਬ ਇਹ ਹੋ ਗਿਆ ਕਿ ਅਸੀਂ ਇੰਨੇ ਗਏ ਗੁਜਰੇ ਔਰ ਇੰਨੇ ਕਮਜ਼ੋਰ ਹੋ ਗਏ ਹੋਏ ਹਾਂ ਕਿ ਅਸੀਂ ਆਪਣਾ ਹੁਣ ਨਿਸ਼ਾਨ ਸਾਹਿਬ ਦਾ ਰੰਗ ਹੀ ਬਦਲ ਲਈਏ ਬਾਹਰੀ ਪ੍ਰਭਾਵ ਤੋਂ ਬਚਣ ਵਾਸਤੇ, ਵੱਖਰਾਪਨ ਸ਼ੋ ਕਰ, ਇਹਦਾ ਮਤਲਬ ਹੈ ਕਿ ਅਸੀਂ ਨਿੱਘਰ ਗਏ ਹੋਏ। ਇਹ ਨਿਗਾਰ ਦੀ ਜਿਹੜਾ ਸੂਚਕ ਹੈ ਔਰ ਹਾਰੇ ਹੋਏ ਹੋਣ ਦਾ ਸੂਚਕ ਹੈ, ਮੈਨੂੰ ਲੱਗਦਾ ਕਿ ਇਹ ਸਿੱਖ ਸਪਿਰਿਟ ਦੇ ਅਨੁਕੂਲ ਨਹੀਂ ਹੈ। ਸਿੱਖ ਸਪਿਰਿਟ ਜਿਹੜੀ ਹੈ ਨਾ ਉਹ ਸਮੱਸਿਆਵਾਂ ਨਾਲ ਜੂਝਣ ਦੀ ਔਰ ਚੜ੍ਹਦੀ ਕਲਾ ਵਿੱਚ ਵਿਚਰਨ ਦੀ ਹੈ, ਉਹਦੇ ਵਿੱਚ ਜਿੱਤ ਹਾਰ ਨਫ਼ਾ ਨੁਕਸਾਨ ਹੁੰਦਾ ਰਹਿੰਦਾ ਸੁਖਵਿੰਦਰ ਜੀ। ਜ਼ਰੂਰੀ ਨਹੀਂ ਹੈ ਕਿ ਹਰ ਵਾਰ ਹੀ ਤੁਹਾਡੀ ਜਿੱਤ ਹੋ ਜਾਵੇ, ਉਹਦੇ 'ਚ ਕਈ ਵਾਰ ਹਾਰਾਂ ਵੀ ਆਉਂਦੀਆਂ, ਪਰ ਉਹਨਾਂ ਹਾਰਾਂ ਦੇ ਵਿੱਚ ਵੀ ਜਿਹੜੀ ਹੈ ਨਾ ਸਪਿਰਿਟ ਇਹੀ ਰਹਿੰਦੀ ਚੜ੍ਹਦੀ ਕਲਾ ਕਿ ਸਾਡੀ ਗੱਲ ਠੀਕ ਹੈ, ਜੋ ਅਸੀਂ ਗੱਲ ਕਹਿ ਰਹੇ ਸਾਡਾ ਸਿਧਾਂਤ ਠੀਕ ਹੈ, ਸਾਡੀ ਪਰੰਪਰਾ ਠੀਕ ਹੈ, ਅਸੀਂ ਉਸ ਪਰੰਪਰਾ 'ਤੇ ਪਹਿਰਾ ਦਿਆਂਗੇ, ਆਖਰੀ ਸਾਹ ਤੱਕ ਪਹਿਰਾ ਦਿਆਂਗੇ। ਸਾਡੇ ਸਾਹਮਣੇ ਤਾਂ ਐਗਜ਼ਾਮਪਲਸ ਹੈਗੀਆਂ ਨੇ ਜੀ, ਵੱਡੇ ਘੱਲੂਘਾਰਾ ਦੀ ਤੁਸੀਂ ਲੈ ਲਓ ਕਿ ਕਿੰਨਾ ਹੋ ਗਿਆ, ਅੱਧੇ ਤੋਂ ਵੱਧ ਜਿਹੜਾ ਹੈ ਸਾਰਾ ਦਲ ਖਾਲਸਾ ਉਦੋਂ ਸ਼ਹੀਦ ਹੋ ਗਿਆ, ਅਤੇ ਅਰਦਾਸ ਸ਼ਾਮ ਨੂੰ ਪਤਾ ਕੀ ਕੀਤੀ ਸੀ, ਆਪਾਂ ਨੂੰ ਪਤਾ ਹੀ ਹੈ, ਤੁਹਾਨੂੰ ਪਤਾ ਕਿ ਉਦੋਂ ਅਰਦਾਸ ਇਹ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੋ ਹੋ ਗਿਆ ਉਹ ਤੁਹਾਡੀ ਭਾਣੇ 'ਚ ਠੀਕ ਹੋ ਗਿਆ, ਅਤੇ ਨਾਲ ਕੋਈ ਨਹੀਂ ਕੱਚਾ ਪਿੱਲਾ ਝੜ ਗਿਆ, ਹੁਣ ਸ਼ੁੱਧ ਜਿਹੜਾ ਖਾਲਸਾ ਸੋਨਾ ਪੈ ਗਿਆ ਹੋਇਆ। ਸੋ ਇਹ ਪੋਜ਼ਿਟਿਵਿਟੀ ਹੁੰਦੀ ਹੈ,
ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਭਾਂਜਵਾਦੀ ਜਿਹੜਾ ਦ੍ਰਿਸ਼ਟੀਕੋਣ ਔਰ ਦਲੀਲ ਜਿਹੜੀ ਹੈ ਨਾ ਉਹ ਉਚਿਤ ਨਹੀਂ ਹੈ। ਸਾਨੂੰ ਆਪਣੀਆਂ ਰਵਾਇਤਾਂ 'ਤੇ ਪਹਿਰਾ ਦੇਣਾ ਚਾਹੀਦਾ, ਸਿਰਫ ਅਤੇ ਸਿਰਫ ਇੱਕ ਗੱਲ ਤੋਂ ਬਚਣ ਦੀ ਲੋੜ ਹੈ ਕਿ ਕੁਝ ਥਾਵਾਂ 'ਤੇ ਕੇਸਰੀ ਔਰ ਭਗਵਾ ਰੰਗ ਜਿਹੜਾ ਨਾ ਉਹਦੇ ਵਿੱਚ ਡਿਫਰੈਂਸ਼ੀਏਟ ਨਹੀਂ ਕੀਤਾ ਜਾ ਰਿਹਾ। ਸੁਖਵਿੰਦਰ ਜੀ, ਆਪਾਂ ਨੂੰ ਪਤਾ ਹੈ ਨਾ ਕਿ ਸ਼ੇਡ ਦਾ ਥੋੜ੍ਹਾ ਜਿਹਾ ਫਰਕ ਹੈਗਾ, ਕੇਸਰੀ ਔਰ ਭਗਵੇ ਦਾ ਸ਼ੇਡ ਦਾ ਫਰਕ ਹੈਗਾ। ਸੋ ਸਾਨੂੰ ਉਹਦੇ ਬਾਰੇ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਆਪਣਾ ਕੇਸਰੀ ਰੰਗ ਹੀ ਪਰਚਮ ਜਿਹੜਾ ਹੈ ਉਹੀ ਰੱਖਣਾ ਤੇ ਜਿੱਥੇ ਭਗਵਾ ਰੰਗ ਆਉਂਦਾ ਹੈ ਉੱਥੇ ਸੁਚੇਤ ਹੋਣਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖ ਸੰਸਥਾਵਾਂ ਹਨ, ਨਿਸ਼ਾਨ ਸਾਹਿਬ ਹਨ ਜਾਂ ਸਰੂਪਾ ਵੀ ਦਿੱਤਾ ਜਾਣਾ ਉਹ ਕੇਸਰੀ ਹੋਏਗਾ, ਭਗਵਾ ਨਹੀਂ ਹੋਏਗਾ। ਜਿਹੜੀਆਂ ਨਿਰਮਲ ਸੰਸਥਾਵਾਂ ਹੈਗੀਆਂ, ਉਦਾਸੀ ਸੰਸਥਾਵਾਂ ਹੈਗੀਆਂ, ਉਹ ਜੋ ਮਰਜ਼ੀ ਕਰੀ ਜਾਣ, ਪਰ ਜਿਹੜੀ ਸਿੱਖ ਮੇਨ ਸਟ੍ਰੀਮ ਹੈ ਉੱਥੇ ਸਾਨੂੰ ਆਪਣਾ ਕੇਸਰੀ ਨਿਸ਼ਾਨ ਸਾਹਿਬ ਹੀ ਰੱਖਣਾ ਚਾਹੀਦਾ ਹੈ। ਇਹਦੇ ਨਾਲ ਕੋਈ ਕੰਪਰੋਮਾਈਜ਼ ਸਾਡਾ ਹੋ ਨਹੀਂ ਸਕਦਾ। ਮੈਨੂੰ ਜਾਚਕ ਸਾਹਿਬ ਦੀ ਇਹ ਦਲੀਲ ਜਚੀ ਨਹੀਂ। ਸੁਖਵਿੰਦਰ ਜੀ, ਬਿਲਕੁਲ, ਮੈਂ ਜਿਵੇਂ ਗੱਲ ਕੀਤੀ ਸੀ ਕਿ ਅਕਾਲੀ ਦਲ ਦਾ ਭਾਜਪਾ ਨਾਲ ਜਾਣਾ ਇਸ ਹਾਲਾਤ ਦੇ ਵਿੱਚ। ਸੁਖਵਿੰਦਰ ਜੀ, ਜਿਹੜਾ ਅਕਾਲੀ ਦਲ ਦੇ ਐਟੀਚਿਊਡ ਬਾਰੇ ਮੈਂ ਜ਼ਿਕਰ ਕਰ ਰਿਹਾ ਤੁਹਾਡੇ ਨਾਲ, ਉਹ ਇਹ ਹੈ ਕਿ ਉਹਦੇ ਵਿੱਚ ਅਜੇ ਪੂਰੀ ਸਪਸ਼ਟਤਾ ਨਹੀਂ। ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਅਕਾਲੀ ਦਲ ਦਾ ਐਟੀਚਿਊਡ 'ਚ, ਉਹਦੇ ਵਿੱਚ ਜਥੇਦਾਰ ਦਾ ਜਿਹੜੀ ਬਿਆਨ ਹੈ ਨਾ ਉਹ ਅਕਾਲੀ ਦਲ ਦਾ ਹੀ ਸਮਝਿਆ ਕਰੀਏ ਆਪਾਂ। ਮੈਂ ਉਹਨੂੰ ਭਿੰਨ ਨਹੀਂ ਸਮਝਦਾ ਕਿ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੋਇਆ ਹੈ ਉਹ ਕੋਈ ਅਕਾਲੀ ਦਲ ਤੋਂ ਕੋਈ ਭਿੰਨ ਹੈ ਕਿ ਇਸ ਪ੍ਰੈਜੈਂਟ ਸਥਿਤੀ ਦੇ ਵਿੱਚ ਜਦੋਂ ਉਹ ਕਹਿੰਦੇ ਆ ਕਿ ਭਲਵਾਨ ਨੂੰ ਉਹਨਾਂ ਨੂੰ, ਖੁਦ ਅਕਾਲੀ ਦਲ ਵੀ ਇਹੀ ਕਹਿ ਰਿਹਾ ਕਿ ਭਲਵਾਨਾਂ ਦੇ ਮੋਰਚੇ ਨੂੰ ਅਸੀਂ ਸਪੋਰਟ ਦਿੰਦੇ ਹਾਂ, ਇਹ ਉਹਨਾਂ ਦਾ ਅਕਾਲੀ ਦਲ ਦਾ ਸਟੈਂਡ ਵੀ ਇਹੀ ਹੈ, ਕਿਉਂਕਿ ਇਸ ਖਿੱਤੇ ਦੇ ਵਿੱਚ ਜਿਹੜੀਆਂ ਕਿਸਾਨ ਯੂਨੀਅਨ ਹੈ, ਅਕਾਲੀ ਦਲ ਸਾਰੇ ਹੀ ਉਹਨਾਂ ਨੂੰ ਭਲਵਾਨਾਂ ਨੂੰ ਸਪੋਰਟ ਕਰ ਰਹੇ ਹੋਏ ਆ। ਜਿੱਥੋਂ ਤੱਕ ਉਹ ਆਪਣੇ ਦੂਸਰੇ ਇਸ਼ੂਜ਼ ਹੈਗੇ ਨਾ, ਉਹ ਇੱਥੇ ਅਦਾਵਤ ਜਿਹੜੀ ਚੱਲ ਰਹੀ ਹੋਈ ਹੈ ਨਾ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੀ ਹੋਈ ਹੈ, ਉਹ ਕੋਈ ਅਜਿਹਾ ਕਾਰਜ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਉਹ ਇਹ ਜਿਹੇ ਧਿਰ ਬਣ ਜਾਣ ਕਿ ਜਿੱਥੇ ਲੱਗੇ ਕਿ ਅਸੀਂ ਆਪ ਨੂੰ ਸਟਰੈਂਥਨ ਨਾ ਹੋ ਜਾਏ। ਸੋ ਅਕਾਲੀ ਦਲ ਦੀ ਮਜਬੂਰੀ ਜਿਹੜੀ ਹੈਗੀ ਹੈ ਇਹ ਸਿਰਫ ਤੇ ਸਿਰਫ ਇਹ ਨਹੀਂ ਦੇਖਣਾ ਕਿ ਉਹ ਬੀਜੇਪੀ ਨਾਲ ਨਹੀਂ ਵਿਗਾੜਨਾ ਚਾਹੁੰਦੇ, ਨਾਲ ਦੀ ਨਾਲ ਉਹਨਾਂ ਦੀ ਇਹ ਕੰਸਿਡਰੇਸ਼ਨ ਵੀ ਇਹ ਹੈਗੀ ਹੈ ਕਿ ਕੋਈ ਅਸੀਂ ਸਟੈਂਡ ਅਜਿਹਾ ਨਹੀਂ ਲੈਣਾ ਜਿਹਦੇ ਨਾਲ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਹੋਵੇ, ਕਿਉਂਕਿ ਅਕਾਲੀਆਂ ਦੀ ਪ੍ਰੋਬਲਮ ਆਮ ਆਦਮੀ ਪਾਰਟੀ ਨਾਲ ਵੀ ਉੱਥੇ ਖੜੀ, ਕਿਉਂਕਿ ਆਮ ਆਦਮੀ ਪਾਰਟੀ ਨਾਲ ਵੀ ਉਹਨਾਂ ਨੂੰ ਖੋਰਾ ਉਹਨਾਂ ਲਾ ਰਹੀ ਹੈ, ਬੀਜੇਪੀ ਤੇ ਉਹਨਾਂ ਨੂੰ ਖੋਰਾ ਲਾਉਂਦੇ ਹੀ ਨਹੀਂ ਕਿਉਂਕਿ ਉਹਨਾਂ ਦਾ ਸਪੋਰਟ ਬੇਸ ਅੱਡ ਅੱਡ ਹੈਗਾ। ਸੋ ਉਹ ਤੇ ਇੱਕ ਦੂਸਰੇ ਦੇ ਪੂਰਕ ਹੋ ਸਕਦੇ ਆ, ਉਹਨਾਂ ਨੂੰ ਫਾਇਦਾ ਵੀ ਹੋ ਸਕਦਾ, ਉਹਦੀ ਸੰਭਾਵਨਾ ਆਪਾਂ ਨੂੰ ਰੂਲ ਆਊਟ ਨਹੀਂ ਕਰ ਸਕਦੇ ਕਿ ਉਹ ਸਮਝੌਤਾ ਵੀ ਹੋ ਸਕਦਾ। ਸੋ ਉਹਦੇ ਵਿੱਚ ਉਹ ਕੰਸਿਡਰੇਸ਼ਨ ਵੀ ਹੋ ਸਕਦੀ ਹੈ, ਪਰ ਨਾਲ ਦੀ ਨਾਲ ਮੇਨ ਸਮਝ ਇਹ ਆਉਂਦੀ ਹੈ ਕਿ ਉਹ ਆਪ ਨਾਲ ਵੀ ਉਹ ਕੋਈ ਅਜਿਹਾ ਪੈਂਤੜਾ ਨਹੀਂ ਲੈਣਾ ਚਾਹੁੰਦੇ ਜਿਹਦੇ ਨਾਲ ਆਪ ਮਜ਼ਬੂਤ ਹੁੰਦੀ ਹੋਵੇ ਅਤੇ ਉਹਨਾਂ ਨੂੰ ਲੱਗੇ ਕਿ ਆਪ ਦੇ ਪਿਛਲੱਗ ਬਣ ਕੇ ਚੱਲ ਰਹੇ ਨੇ, ਉਹ ਇਸ ਕਿਸਮ ਦੇ ਕ੍ਰਿਟੀਸਿਜ਼ਮ ਤੋਂ ਵੀ ਬਚਣਾ ਚਾਹੁਣਗੇ ਅਕਾਲੀ। ਜੀ ਸੁਖਵਿੰਦਰ ਜੀ, ਬਿਲਕੁਲ, ਅਜਿਹੇ ਹਾਲਾਤਾਂ ਦੇ ਵਿਚਾਲੇ ਇੱਕ ਚਰਚਾ ਹੋਰ ਛਿੜੀ ਹੋਈ ਹੈ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਡਿਬਰੂਗੜ੍ਹ ਤੋਂ ਲਿਆਂਦਾ ਜਾਏਗਾ, ਕਿਉਂਕਿ ਪਿੱਛੇ ਜੇ ਜਿਹੜੀ ਇਹਨਾਂ ਨੇ ਇੱਕ ਮਤਲਬ ਕਿ ਜਿਹੜੀ ਕਮੇਟੀ ਬਣੀ ਹੋਈ ਸੀਗੀ NSA ਨੂੰ ਲੈ ਕੇ, ਉਹਨਾਂ ਨੇ ਵੀ ਇੱਕ ਵਾਰ ਫਿਰ ਦੌਰਾ ਉੱਥੇ ਜਾ ਕੇ ਕੀਤਾ, ਪੁੱਛਗਿੱਛ ਕੀਤੀ ਹੈ। NIA ਵੀ ਕਹਿੰਦੇ ਲੱਗੀ ਹੈ, ਖਬਰਾਂ ਆਉਂਦੀਆਂ ਰਹਿੰਦੀਆਂ ਸਾਹਮਣੇ, ਪੁੱਛਗਿੱਛ ਹੋ ਰਹੀ ਹੈ ਜਾਂ ਪੁੱਛਗਿੱਛ ਹੋ ਚੁੱਕੀ ਹੈ, ਇਹ ਸਾਰਾ ਕੁਝ ਹੈਗਾ, ਪਰਿਵਾਰ ਵੀ ਮਿਲ ਕੇ ਆਉਂਦੇ ਰਹੇ ਨੇ। ਪਰ ਹੁਣ ਇਹ ਸਵਾਲ ਉੱਠਣ ਲੱਗ ਗਿਆ ਕਿ ਕੀ ਉਹਨਾਂ ਨੂੰ ਪੰਜਾਬ ਲਿਆ ਕੇ ਇੱਥੇ ਜਿਹੜੇ ਉਹਨਾਂ ਦੇ ਪਰਚੇ ਪਏ ਨੇ ਉਹਨਾਂ ਦੇ ਅਧੀਨ ਕੀ ਉਹਨਾਂ ਦੀ ਰਿਹਾਈ ਜਾਂ ਫਿਰ ਉਹਨਾਂ ਨੂੰ ਜਿਹੜਾ ਪੈਰੋਲ ਵਗੈਰਾ ਤੇ ਕੁਛ ਛੱਡਿਆ ਜਾਵੇਗਾ ਜਾਂ ਜ਼ਮਾਨਤ ਦਿੱਤੀ ਜਾਵੇਗੀ, ਮਾਫ਼ ਕਰਨਾ, ਪੈਰੋਲ ਤਾਂ ਸਜ਼ਾ ਤੋਂ ਬਾਅਦ ਹੁੰਦੀ ਹੈ, ਕੀ ਕੋਈ ਜ਼ਮਾਨਤ ਦਿੱਤੀ ਜਾਵੇਗੀ, ਕੋਈ ਇਹੋ ਜਿਹੀ ਗੱਲ ਹੋ ਸਕਦੀ ਹੈ? ਇਹਦਾ ਕੋਈ ਰਾਹ ਮਤਲਬ ਕਿ ਲੱਭਿਆ ਜਾ ਰਿਹਾ ਕਿ ਕਿਸੇ ਢੰਗ ਦੇ ਨਾਲ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਭਰੋਸੇ ਵਿੱਚ ਲਿਆ ਜਾਵੇ ਤੇ ਉਹਨਾਂ ਨੂੰ ਨੌਜਵਾਨਾਂ ਨੂੰ ਜਿਹੜਾ ਇੱਥੇ ਪੰਜਾਬ ਜੇਲ੍ਹਾਂ ਦੇ ਵਿੱਚ ਹੀ ਘੱਟੋ ਘੱਟ ਸ਼ਿਫਟ ਕੀਤਾ ਜਾਵੇ? ਸੁਖਵਿੰਦਰ ਜੀ, ਦੇਖੋ ਜਿੱਥੋਂ ਤੱਕ ਇੱਥੇ ਪੰਜਾਬ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਹੈ ਨਾ ਜੀ, ਜਿੱਥੋਂ ਤੱਕ ਸੁਖਵਿੰਦਰ ਸਿੰਘ ਹੋਣਾ ਸੋਰੀ ਉਹਨਾਂ ਦਾ ਅੰਮ੍ਰਿਤਪਾਲ ਹੋਣਾ ਦਾ ਕੇਸ ਸੀਗਾ, ਜਿਹਨਾਂ ਤੇ ਬਾਕੀ ਸੱਜਣਾਂ ਤੇ ਵੀ ਉਹ ਸਾਰਾ ਹੀ ਐਪੀਸੋਡ ਜਿਹੜਾ ਹੈਗਾ ਜਿੱਥੇ NSA ਲਾਇਆ ਗਿਆ, ਉਹ ਦੋਨਾਂ ਦੀ ਮਿਲੀ ਭੁਗਤ ਹੈ। ਆਪ ਔਰ ਸੈਂਟਰ ਦੀ ਇਹ BJP ਸਰਕਾਰ, ਉਹਨਾਂ ਦੀ ਅਪਰੋਚ ਬਿਲਕੁਲ ਇੱਕ ਸਾਰ ਇੱਕੋ ਹੀ ਹੈ, ਔਰ ਉਹਨਾਂ ਨੇ ਰਲ ਮਿਲ ਕੇ ਹੀ ਜੋ ਵੀ ਨੀਤੀ ਬਣਾਈ ਹੈ ਉਹ ਸਾਂਝੀ ਹੈ।
ਸੋ ਜਦੋਂ ਇਹ ਫੈਸਲਾ ਹੋਣਾ ਉਹਦੇ ਵਿੱਚ ਮੈਨੂੰ ਲੱਗਦਾ ਕਿ ਬੀਜੇਪੀ ਦੀ ਕੇਂਦਰੀ ਸਰਕਾਰ ਜਦੋਂ ਫੈਸਲਾ ਲੈ ਲੈਗੀ ਤੇ ਆਮ ਆਦਮੀ ਪਾਰਟੀ ਉਹਨੂੰ ਟੋ ਕਰ ਲੈਗੀ। ਜਿਹੜੀਆਂ ਖਬਰਾਂ ਆਪਾਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਅੰਦਰ ਦੀ ਗੱਲ ਆਪਾਂ ਨੂੰ ਨਹੀਂ ਪਤਾ, ਉਹ ਤੋਂ ਆਪਾਂ ਕਿਆ ਸਰਾਈਆਂ ਸੁਖਵਿੰਦਰ ਜੀ ਲਾ ਸਕਦੇ ਹਾਂ ਕਿ ਜਿਸ ਢੰਗ ਨਾਲ ਉਹਨਾਂ ਦੀ ਉੱਥੇ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜਿਸ ਢੰਗ ਨਾਲ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ, ਉਹਦੇ ਵਿੱਚ ਇਹੀ ਹੈ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ। ਉਹ ਚੜ੍ਹਦੀ ਕਲਾ ਵਿੱਚ ਹਨ, ਉੱਥੇ ਜਦੋਂ ਉਹਨਾਂ ਦੇ ਪਰਿਵਾਰ ਵੀ ਜਾਂਦੇ ਜਾਂ ਬਾਕੀ ਸੱਜਣ ਵੀ ਮਿਲਣ ਜਾਂਦੇ ਆ ਤੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ, ਜੋ ਵੀ ਸਮਾਂ ਮਿਥਿਆ ਹੋਇਆ ਜਾਂ ਦਿਨ ਮਿਥਿਆ ਹੋਇਆ ਉਹ ਜਾਂਦੇ ਆ, ਖੁੱਲ੍ਹੇ ਰੂਪ ਵਿੱਚ ਉਹਨਾਂ ਨੂੰ ਲੋਕ ਮਿਲਦੇ ਹਨ ਤੇ ਉੱਥੋਂ ਰਿਪੋਰਟ ਬੈਕ ਵੀ ਇਹ ਹੈ ਕਿ ਪੁਲਿਸ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਕਰ ਰਹੀ। ਆਪਾਂ ਨੂੰ ਪਤਾ ਹੈ ਕਿ ਇੰਨੇ ਸੰਗੀਨ ਜਦੋਂ ਦੋਸ਼ ਲੱਗੇ ਹੋਣ ਸੁਖਵਿੰਦਰ ਜੀ ਤੇ ਉਹਨਾਂ ਦੀ ਆਮ ਤੌਰ 'ਤੇ ਜਦੋਂ ਪੁੱਛ ਪੜਤਾਲ ਹੁੰਦੀ ਤਾਂ ਬੜੀ ਸਖ਼ਤ ਹੁੰਦੀ ਹੈ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਲੋਕ ਦੁਖੀ ਆ ਹੋ ਜਾਂਦੇ ਹੈ, ਉੱਥੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਖਬਰਾਂ ਇਹੋ ਜਿਹੀਆਂ ਆਪਣੇ ਸਾਹਮਣੇ ਬਿਲਕੁਲ ਨਹੀਂ ਆ ਰਹੀਆਂ। ਉੱਤੋਂ ਅਸੀਂ ਕਿਆ ਸਰਾਈਆਂ ਕੁਛ ਕੁਝ ਮਤਲਬ ਆਪਾਂ ਕਿਆਫੇ ਲਾ ਸਕਦੇ, ਕਿਆਫੇ ਲੋ ਲੱਗ ਸਕਦੇ ਹੈ ਕਿ ਉਹ ਕੇਂਦਰ ਦੀ ਸਰਕਾਰ ਆਪਣੀ ਸਿਆਸੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਪ੍ਰਤੀ ਕੀ ਦ੍ਰਿਸ਼ਟੀਕੋਣ ਅਡਾਪਟ ਕਰਨਾ, ਉਹਨਾਂ ਨੂੰ ਪੰਜਾਬ ਵਿੱਚ ਸ਼ਿਫਟ ਜੇ ਕਰਨਾ ਤੇ ਕਦੋਂ ਕਰਨਾ ਤੇ ਜਾਂ NSA ਤੋੜਨਾ ਜਾਂ ਨਹੀਂ ਤੋੜਨਾ, ਇਹ ਸਾਰੇ ਹੀ ਫੈਸਲੇ ਆਉਣ ਵਾਲੇ ਜਦੋਂ ਸਿਆਸੀ ਮੁਫਾਦ ਨੂੰ ਧਿਆਨ ਵਿੱਚ ਰੱਖਿਆ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਇਹਦੇ ਬਾਰੇ ਕੋਈ ਉਹ ਨਿਰਣਾ ਕਰਨਗੇ ਵੀ ਉਹਨਾਂ ਨੂੰ ਕਿਹੜੀ ਗੱਲ ਸੂਟ ਕਰਦੀ ਹੈ ਤੇ ਕਿਹੜੀ ਗੱਲ ਸੂਟ ਨਹੀਂ ਕਰਦੀ। ਮੈਂ ਸਮਝਦਾ ਕਿ ਇਹ ਸਿਆਸੀ ਸੋਚ 'ਤੇ ਨਿਰਭਰ ਕਰੇਗਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰਨਾ ਹੈ ਜਾਂ ਨਹੀਂ ਕਰਨਾ, NSA ਲਾਈ ਰੱਖਣਾ ਹੈ ਜਾਂ NSA ਤੋੜ ਦੇਣਾ। ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਉਹ ਸਿਆਸੀ ਸੋਚ 'ਤੇ ਨਿਰਭਰ ਕਰਨਗੀਆਂ, ਕਿਉਂਕਿ ਆਮ ਤੌਰ 'ਤੇ ਜਿਹੜੀ ਪਰਸੈਪਸ਼ਨ ਹੈ ਜੋ ਮੇਰੀ ਸਮਝ 'ਚ ਆਈ ਹੈ ਸੁਖਵਿੰਦਰ ਜੀ ਕਿ ਇਹ ਲਾਅ ਐਂਡ ਆਰਡਰ ਦਾ ਇਸ਼ੂ ਘੱਟ ਸੀ, ਸਿਆਸੀ ਪੈਂਤੜੇਬਾਜ਼ੀ ਜਿਹੜੀ ਸੀ ਉਹ ਵਧੇਰੇ ਸੀ, ਜਿਹੜੀ ਕਿ ਸਾਡੇ ਸਾਹਮਣੇ ਪ੍ਰਤੱਖ ਨਜ਼ਰ ਆਈ ਹੈ ਜਿਸ ਢੰਗ ਨਾਲ ਅੰਮ੍ਰਿਤਪਾਲ ਹੁਣਾਂ ਨੇ ਸਰੈਂਡਰ ਕੀਤਾ ਜਾਂ ਅਰੈਸਟ ਕੀਤਾ ਅਤੇ ਜਿਸ ਢੰਗ ਨਾਲ ਉਹਨਾਂ ਨਾਲ ਵਿਹਾਰ ਕੀਤਾ ਜਾ ਰਿਹਾ ਹੈ, ਇਹ ਕੁਝ ਹੋਰ ਗੱਲਾਂ ਦਾ ਸੂਚਕ ਹੈ। ਇਹ ਕੋਈ ਇੰਨੀ ਖਤਰਨਾਕ ਜਿਹੜੀ ਖੇਡ ਖੇਡੀ ਜਾ ਰਹੀ ਸੀ ਅੰਮ੍ਰਿਤਪਾਲ ਹੁਣਾਂ ਵੱਲੋਂ ਉਸ ਦਾ ਸੂਚਕ ਨਹੀਂ ਹੈ, ਇਹ ਇੱਕ ਸਿਆਸੀ ਖੇਡ ਦਾ ਸੂਚਕ ਨਜ਼ਰ ਆਉਂਦਾ ਹੈ, ਮੈਨੂੰ ਇਸ ਤਰ੍ਹਾਂ ਸਮਝ ਆਉਂਦਾ। ਸੁਖਵਿੰਦਰ ਜੀ ਜੀ, ਕੀ ਇਹਦੇ ਵਿੱਚ ਜਿਵੇਂ ਪਿਛਲੇ ਦਿਨੀ ਮਾਣਯੋਗ ਹਾਈਕੋਰਟ ਦੇ ਵਿੱਚ ਵੀ ਕੌਮੀ ਇਨਸਾਫ਼ ਮੋਰਚੇ ਦੀ ਗੱਲ ਤੁਰੀ ਕਿ ਇਹਨਾਂ ਨੂੰ ਕਿਵੇਂ ਚੁੱਕਿਆ ਜਾਵੇ ਜਾਂ ਇਹਨਾਂ ਦੇ ਮਸਲੇ ਨੂੰ ਕਿਵੇਂ ਸੁਲਝਾਇਆ ਜਾਵੇ, ਪੰਜਾਬ ਸਰਕਾਰ ਨੇ ਸਮਾਂ ਮੰਗਿਆ ਤੇ ਸਮਾਂ ਦਿੱਤਾ ਵੀ ਗਿਆ, ਸ਼ਾਇਦ 31 ਮਈ ਦੀ ਕੋਈ ਸੁਣਵਾਈ ਹੈ ਇਸ ਮਾਮਲੇ ਦੇ ਵਿੱਚ, ਕੀ ਬੰਦੀ ਸਿੰਘਾਂ ਤੋਂ ਜਾਂ ਫਿਰ ਇਹ ਅੰਮ੍ਰਿਤਪਾਲ ਤੇ ਇਹਨਾਂ ਦੇ ਸਾਥੀਆਂ ਤੋਂ ਇਹਨਾਂ ਨੂੰ ਰਿਹਾ ਕਰਨ ਤੋਂ ਜਾਂ ਇਹਨਾਂ ਨੂੰ ਪੰਜਾਬ 'ਚ ਸ਼ਿਫਟ ਕਰਨ ਤੋਂ ਕੋਈ ਬਹੁਤ ਵੱਡਾ ਖਤਰਾ ਕੇਂਦਰੀ ਸਿਆਸਤ ਨੂੰ ਮਹਿਸੂਸ ਹੁੰਦਾ ਜਾਂ ਫਿਰ ਉਹਨੂੰ ਰਿਪ੍ਰਜੈਂਟ ਹੀ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਇੱਕ ਖੌਫ ਤੇ ਇੱਕ ਭੈ ਹੀ ਰਵੇ ਲੋਕਾਂ ਦੇ ਵਿੱਚ ਕਿ ਪਤਾ ਨੀ ਕੀ ਹੋ ਜਾਣਾ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਡੇ ਨਾਲ ਆਪਣਾ ਵਿਚਾਰ ਰੱਖਿਆ ਸੀ, ਮੈਂ ਇਹਨੂੰ ਸਿਆਸੀ ਪੈਂਤੜੇ ਦੇ ਤੌਰ 'ਤੇ ਵਧੇਰੇ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਬਨਿਸਬਤ ਇਹ ਕਿ ਇਹ ਬਹੁਤ ਵੱਡਾ ਖਤਰਾ ਕੋਈ ਦੇਸ਼ ਨੂੰ ਹੋ ਗਿਆ ਸੀਗਾ ਜਾਂ ਲਾਅ ਐਂਡ ਆਰਡਰ ਨੂੰ ਬਹੁਤ ਵੱਡਾ ਖਤਰਾ ਹੋ ਗਿਆ ਸੀ, ਉਹ ਇਸ ਗੱਲ ਦਾ ਮੈਨੂੰ ਸੂਚਕ ਨਹੀਂ ਨਜ਼ਰ ਆਉਂਦਾ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈਗਾ ਕਿ ਇਹ ਤਾਂ ਬਹੁਤ ਵੱਡੀ, ਜਿਸ ਨੂੰ ਆਮ ਤੌਰ 'ਤੇ ਲੋਕ ਕਹਿੰਦੇ ਆ ਕਿ ਕੋਈ ਗੇਮ ਸਟੇਟਸ ਪਲੇ ਕਰਦੀਆਂ ਹੁੰਦੀਆਂ ਕਿ ਉਹਨਾਂ ਨੇ ਕਿਸ ਢੰਗ ਨਾਲ ਕਿਸ ਗਰੁੱਪ ਨੂੰ ਡੀਲ ਕਰਨਾ ਜਾਂ ਪ੍ਰੋਜੈਕਟ ਕਰਨਾ ਹੈਗਾ। ਤੇ ਆਮ ਤੌਰ 'ਤੇ ਇੱਕ ਗੱਲ ਆਉਂਦੀ ਹੈ ਪ੍ਰਚਰਚਿਤ, ਇਹੀ ਹੈ ਠੀਕ ਗਲਤ ਬਾਰੇ ਆਪਾਂ ਨਿਰਣਾ ਨਹੀਂ ਕਰ ਸਕਦੇ, ਦੋਵੇਂ ਰਾਵਾਂ ਨੇ ਕਿ ਇਹ ਜਿਸ ਢੰਗ ਨਾਲ ਅੰਮ੍ਰਿਤਪਾਲ ਹੁਣਾਂ ਦੇ ਫੈਨੋਮੀਨਨ ਨੂੰ ਪ੍ਰਜੈਂਟ ਕੀਤਾ ਗਿਆ, ਟੈਕਲ ਕੀਤਾ ਗਿਆ ਔਰ ਮੀਡੀਆ ਦੇ ਵਿੱਚ ਨੈਰੇਟਿਵ ਸਿਰਜਿਆ ਗਿਆ, ਉਹ ਜਾਣ ਬੁੱਝ ਕੇ ਖਾਸ ਹਿੱਤ ਨੂੰ ਧਿਆਨ ਵਿੱਚ ਰੱਖ ਕੇ, ਖਾਸ ਨੀਤੀ ਨੂੰ ਧਿਆਨ ਵਿੱਚ ਰੱਖ ਕੇ ਉਹ ਨੈਰੇਟਿਵ ਸਿਰਜਿਆ ਗਿਆ,
ਉਹਦਾ ਹੁਣ ਲਾਹਾ ਕਿਹਨੂੰ ਹੁੰਦਾ ਤੇ ਕਿਹਨੂੰ ਨਹੀਂ ਹੁੰਦਾ, ਇਹਨੂੰ ਇਹਨਾਂ ਇਹਨਾਂ ਅਰਥਾਂ ਦੇ ਵਿੱਚ ਹੀ ਆਮ ਤੌਰ 'ਤੇ ਇੱਦਾਂ ਮੈਨੂੰ ਇਸ ਤਰ੍ਹਾਂ ਸਮਝ ਆਉਂਦੀ। ਸੁਖਵਿੰਦਰ ਜੀ, ਹੋ ਸਕਦਾ ਕਿ ਇਹਦੇ ਪਿੱਛੇ ਕੁਝ ਹੋਰ ਕਾਰਨ ਵੀ ਹੋਣ, ਪਰ ਮੈਨੂੰ ਤਾਂ ਇਹੀ ਇੱਦਾਂ ਹੀ ਨਜ਼ਰ ਆਈ ਹੈ ਕਿ ਇਹਨੂੰ ਤੁਸੀਂ ਸਿਆਸੀ ਖੇਡ ਦੇ ਤੌਰ 'ਤੇ ਹੀ ਸਮਝ ਸਕਦੇ ਹੋ। ਸਿੱਧੂ ਮੂਸੇਵਾਲੇ ਦੀ ਬਰਸੀ ਹੈ, ਜਿਸ ਦਿਨ ਉਸਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀਗਾ। ਬਹੁਤ ਅਹਿਮ ਇਹ ਤਰੀਕ ਇਸ ਕਰਕੇ, ਇਹ ਦਿਨ ਇਸ ਕਰਕੇ ਹੋ ਜਾਂਦਾ ਕਿਉਂਕਿ ਪਰਿਵਾਰ ਅੱਜ ਵੀ ਇਨਸਾਫ ਦੀ ਮੰਗ ਕਰਦਾ। ਜਲੰਧਰ ਵਾਲੀ ਉਪ ਚੋਣ ਦੇ ਵਿੱਚ ਕਿਸ ਤਰੀਕੇ ਦਾ ਰੋਲ ਨਿਭਾਇਆ ਗਿਆ ਤੇ ਹੁਣ ਵੀ ਸਰਕਾਰ ਦੇ ਪ੍ਰਤੀ ਪਰਿਵਾਰ ਦਾ ਰਵੱਈਆ ਕੀ ਹੈ, ਜਾਂ ਫਿਰ ਜਿਨ੍ਹਾਂ ਉੱਤੇ ਮਤਲਬ ਕਿ ਜਿਨ੍ਹਾਂ ਨੂੰ ਦੋਸ਼ੀ ਗਰਦਾਨ ਦਾ ਪਰਿਵਾਰ, ਆਪਣੇ ਲਾਰੈਂਸ ਬਿਸ਼ਨੋਈ ਗੈਂਗਸਟਰ, ਉਹਨਾਂ ਦੇ ਪ੍ਰਤੀ ਜਿਹੜਾ ਰਵੱਈਆ ਆ ਉਹ ਕਿਸ ਤਰ੍ਹਾਂ ਦਾ, ਉਹਨਾਂ ਨੂੰ ਕਦੇ ਕਿਸੇ ਕੇਸ ਸੰਭਾਲਿਆ ਜਾਂਦਾ ਦਿੱਲੀ, ਕਦੇ ਕਿਤੇ, ਕਦੇ ਕਿਤੇ, ਕਦੇ ਤਿਹਾੜ ਜੇਲ੍ਹ ਤੋਂ ਸ਼ਿਫਟ ਕਰ ਦਿੱਤਾ ਜਾਂਦਾ ਕਿ ਜੀ ਇਹਦੀ ਜਾਨ ਨੂੰ ਖਤਰਾ ਆ, ਇਸ ਤਰ੍ਹਾਂ ਦਾ। ਜਦੋਂ ਇਸ ਵਿਚਾਲੇ ਬਰਸੀ ਆਉਂਦੀ ਹੈ ਤਾਂ ਕੀ ਉਹਨੂੰ ਲੈ ਕੇ ਫਿਰ ਕੋਈ ਉਹੋ ਜਿਹਾ ਕੋਈ ਮਤਲਬ ਕਿ ਏਜੰਡਾ ਜਾਂ ਉਸਦੇ ਆਲੇ ਦੁਆਲੇ ਕੋਈ ਇਹੋ ਜਿਹੀ ਗੱਲ ਖੜੀ ਕਰ ਦਿੱਤੀ ਜਾਏਗੀ, ਜਿਵੇਂ ਪਹਿਲਾਂ ਵੀ ਸਵਾਲ ਉੱਠੇ ਕਿ ਜੀ ਉਦੋਂ ਬਰਸੀ ਪਰਿਵਾਰ ਨੇ ਠੰਡੇ ਜਿਹੇ ਮੌਸਮ 'ਚ ਮਨਾਈ ਤੇ ਅੰਮ੍ਰਿਤਪਾਲ ਵਾਲਾ ਰੌਲਾ ਰੱਪਾ ਪੰਜਾਬ 'ਚ ਪੈ ਗਿਆ, ਪੰਜਾਬ ਬੰਦ ਰਿਹਾ, ਬਹੁਤ ਲੋਕਾਂ ਨੂੰ ਦੇਖਣ ਨੂੰ ਮਿਲਿਆ, ਤੇ ਹੁਣ ਵੀ ਬਰਸੀ ਨੂੰ ਲੈ ਕੇ ਕਹਿੰਦੇ ਹੋ ਸਕਦਾ ਕਿ ਕੁਝ ਇਹੋ ਜਿਹਾ ਹੀ ਪਲਾਨ ਕੀਤਾ ਗਿਆ ਹੋਵੇ। ਪਰਿਵਾਰ ਨੇ ਤਾਂ ਆਪਣੇ ਵੱਲੋਂ ਇੱਕ ਕੈਂਡਲ ਮਾਰ ਸਕਦਾ ਬਸ। ਸੁਖਵਿੰਦਰ ਜੀ, ਦੇਖੋ ਬੜੀ ਆਪਾਂ ਨੂੰ ਪਤਾ, ਚਾਹੇ ਮੰਦਭਾਗੀ ਘਟਨਾ ਸੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਹ ਆਪਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦਾ ਗੈਂਗਸਟਰਿਜ਼ਮ ਹੈ ਉਹ, ਤੇ ਆਪਾਂ ਨੂੰ ਲੱਗਦਾ ਇਹ ਹੈ ਕਿ ਭਾਵੇਂ ਕਿੰਨੀ ਵੀ ਵੱਡੀ ਘਟਨਾ ਹੋ ਜਾਵੇ ਪਰ ਸਮੇਂ ਨਾਲ ਲੋਕ ਮਾਨਸਿਕਤਾ ਦੇ ਵਿੱਚ ਜਿਹੜਾ ਨਾ ਉਹ ਭਾਵਕ ਪੱਧਰ 'ਤੇ ਉਹਦੀ ਓਨੀ ਪਕੜ ਨਹੀਂ ਰਹਿੰਦੀ ਜਦੋਂ ਸਮਾਂ ਬੀਤ। ਸਮੇਂ ਨਾਲ ਆਪਾਂ ਨੂੰ ਪਤਾ ਹੈ ਕਿ ਜ਼ਖਮ ਜਿਹੜੇ ਆ ਉਹ ਭਰ ਜਾਂਦੇ ਆ, ਯਾਨੀ ਕਿ ਆਪਾਂ ਨੂੰ ਚਾਹੇ ਪਰਿਵਾਰ ਦੀ ਜਿਹੜੀ ਆ ਉਹ ਪੀੜਾ ਕਦੇ ਵੀ ਉਹ ਦੂਰ ਨਹੀਂ ਹੋਣੀ, ਕਿਉਂਕਿ ਇੱਕੋ ਇੱਕ ਉਹਨਾਂ ਦਾ ਬੱਚਾ ਸੀ ਮਾਂ ਬਾਪ ਦਾ, ਅਤੇ ਪਰ ਜਵਾਨੀ ਦੇ ਵਿੱਚ ਇਸ ਤਰ੍ਹਾਂ ਦੇ ਉਹ ਹੋਇਆ ਉਹਨਾਂ ਨਾਲ, ਵੱਡੀ ਟ੍ਰੈਜਡੀ, ਉਹਨਾਂ ਨੂੰ ਤਾਂ ਕਦੇ ਨਹੀਂ ਭੁੱਲਣਾ। ਪਰ ਸਿਆਸੀ ਪਿੜ ਦੇ ਵਿੱਚ ਜਿਹੜਾ ਹੁੰਦਾ ਨਾ ਜੀ, ਉਹਦਾ ਪ੍ਰਭਾਵ ਓਨਾ ਨਹੀਂ ਰਹਿੰਦਾ। ਸਮੇਂ ਨਾਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਹੈਗੀਆਂ ਸੁਖਵਿੰਦਰ ਜੀ, ਉਹਨਾਂ ਦਾ ਪ੍ਰਭਾਵ ਵੀ ਘੱਟ ਜਾਂਦਾ। ਤੁਸੀਂ ਇਮੈਜਿਨ ਕਰ ਲਓ ਕਿ 1984 ਤੋਂ ਵੱਧ ਤਾਂ ਨਹੀਂ ਕੋਈ ਘਾਤਕ ਸੀ ਸਿੱਖ ਸਮਾਜ ਵਾਸਤੇ, ਇਦੋਂ ਵੱਡੀ ਤਾਂ ਨਹੀਂ ਨਾ ਘਟਨਾ ਹੋ ਸਕਦੀ ਕੋਈ, ਜਾਂ ਦਿੱਲੀ ਦੇ ਦੰਗੇ ਜੋ ਸਿੱਖ ਸਮਾਜ ਦੀ, ਯਾਨੀ ਕਿ ਉਹਨਾਂ ਨੇ ਕਿਦੋਂ ਵੱਧ ਤਾਂ ਨਹੀਂ ਬੇਇੱਜ਼ਤੀ ਨਹੀਂ ਨਾ ਹੋ ਸਕਦੀ। ਇਹਦੇ ਬਾਵਜੂਦ ਕਾਂਗਰਸ ਦੇ ਪੰਜਾਬ ਦੇ ਵਿੱਚ ਜਿੱਤੀ ਇਲੈਕਸ਼ਨ, ਇਹਨੂੰ ਆਪਾਂ ਕਿਵੇਂ ਸਮਝੀਏ ਕਿ ਜਿਹੜੀਆਂ ਇਸ ਤਰ੍ਹਾਂ ਦੇ ਬੜੇ ਦਰਦਨਾਕ ਘਟਨਾਵਾਂ ਵੀ ਹੁੰਦੀਆਂ ਹੈਗੀਆਂ, ਉਹ ਸਮਾਂ ਪਾ ਕੇ ਇਮੋਸ਼ਨਲ ਪੱਧਰ 'ਤੇ ਉਹਨਾਂ ਦੀ ਜਿਹੜੀ ਪ੍ਰਭਾਵ ਹੈ ਉਹ ਕਮਜ਼ੋਰ ਪੈ ਜਾਂਦਾ, ਅਤੇ ਦੂਸਰੀਆਂ ਕੰਸਿਡਰੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਿਆਸੀ ਹਿੱਤ, ਆਰਥਿਕ ਹਿੱਤ, ਸਮਾਜਿਕ ਤਾਣੇ ਬਾਣੇ ਦਾ ਪ੍ਰਭਾਵ ਜਿਹੜਾ ਹੈਗਾ, ਉਹ ਰੂਟੀਨ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਕੰਸਿਡਰੇਸ਼ਨਸ, ਉਹ ਆਪਰੇਟਿਵ ਹੋ ਜਾਂਦੀਆਂ। ਸੋ ਮੈਨੂੰ ਲੱਗਦਾ ਇਹ ਹੈ ਕਿ ਸਿੱਧੂ ਮੂਸੇਵਾਲਾ ਦਾ ਜੋ ਕਤਲ ਹੋਇਆ, ਦਰਦਨਾਕ ਹੋਇਆ, ਉਹਨਾਂ ਦੇ ਪ੍ਰਭਾਵ 'ਤੇ ਉਹ ਪਰਿਵਾਰ 'ਤੇ ਤਾਂ ਹਮੇਸ਼ਾ ਰਹਿਣਾ ਹੀ ਰਹਿਣਾ, ਪਰ ਉਹਦਾ ਸਿਆਸੀ ਪ੍ਰਭਾਵ ਮੈਨੂੰ ਹੁਣ ਇੰਨਾ ਵੱਡਾ ਨਜ਼ਰ ਨਹੀਂ ਆਉਂਦਾ। ਆਪਾਂ ਜਲੰਧਰ 'ਚ ਵੀ ਦੇਖ ਲਿਆ ਕਿ ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਭਾਈ ਆਮ ਆਦਮੀ ਪਾਰਟੀ ਨੂੰ ਨਾ ਜਿਤਾਇਓ, ਜਿਹਨੂੰ ਮਰਜ਼ੀ ਜਿਤਾ ਲਓ। ਉਹਨਾਂ ਦੀ ਅਪੀਲ ਦੇ ਬਾਵਜੂਦ ਉਹ 50,000 ਤੋਂ ਵੱਧ ਵੋਟਾਂ ਨਾਲ ਆਮ ਆਦਮੀ ਪਾਰਟੀ, ਭਾਵੇਂ ਹੋਰ ਕਾਰਨ ਵੀ ਹੋਣਗੇ ਆਪਾਂ ਨੂੰ ਪਤਾ ਉਹਨਾਂ ਦਾ, ਯਾਨੀ ਕਿ ਇਹ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਜਿਹੜੀ ਅਪੀਲ ਹੈ ਉਹਦਾ ਉੱਥੇ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਹੁਣ ਤੁਸੀਂ ਦੇਖੋ ਕਿ ਇਹੀ ਗੱਲ ਸੰਗਰੂਰ ਵਿੱਚ ਉਦੋਂ ਘਟਨਾ ਹੋਈ ਸੀ, ਤਾਜ਼ੀ ਹੋਈ ਸੀ ਘਟਨਾ, ਉਦੋਂ ਬਹੁਤ ਪ੍ਰਭਾਵ ਹੋ ਗਿਆ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਮਾਂ ਪਾ ਕੇ ਇਹੋ ਜਿਹੀਆਂ ਘਟਨਾਵਾਂ ਦਾ ਮਾਨਸਿਕ ਪ੍ਰਭਾਵ ਜਿਹੜਾ ਹੈ ਉਹ ਘੱਟ ਜਾਂਦਾ, ਇਮੋਸ਼ਨਲ ਜਿਸਨੂੰ ਆਪਾਂ ਕਹਿੰਦੇ ਹਾਂ, ਉਹ ਉਹਦਾ ਓਨਾ ਪ੍ਰਭਾਵ ਨਹੀਂ ਰਹਿੰਦਾ, ਅਤੇ ਸਰਕਾਰ ਦੇ ਉੱਪਰ ਇਹ ਨਹੀਂ ਆ। ਉੱਦਾਂ ਇਹ ਹੈ, ਮੈਨੂੰ ਲੱਗਦਾ ਇਹ ਹੈ ਕਿ ਜਿਹੜੀ ਸਿਧਾਂਤਕ ਪੱਧਰ 'ਤੇ ਮੂਸੇਵਾਲੇ ਦਾ ਪਰਿਵਾਰ ਜਿਹੜਾ ਹੈ ਉਹ ਇਸ਼ੂ ਉਠਾ ਰਿਹਾ ਹੋਇਆ, ਉਹ ਬਿਲਕੁਲ ਠੀਕ ਕਹਿ ਰਹੇ ਹੋਏ ਕਿ ਇਹਦੀ ਜੜ੍ਹ ਗੈਂਗਸਟਰਿਜ਼ਮ ਹੈ ਪੰਜਾਬ ਦੇ ਵਿੱਚ ਪਈ ਹੋਈ,
ਤੇ ਜੜ ਨੂੰ ਜਿੰਨਾ ਚਿਰ ਤੁਸੀਂ ਹੱਥ ਨਹੀਂ ਪਾਓਗੇ ਉਹਨਾਂ ਚਿਰ ਗੱਲ ਬਣਨੀ ਨਹੀਂ। ਇਹ ਲਾ ਐਂਡ ਆਰਡਰ ਦਾ ਇਸ਼ੂ ਨਹੀਂ ਹੈ, ਇਹ ਵੱਡੀ ਸਮੱਸਿਆ ਗੈਂਗਸਟਰਿਜ਼ਮ ਦੀ ਹੈਗੀ ਹੈ। ਔਰ ਤੁਸੀਂ ਦੇਖੋ ਕਿ ਗੈਂਗਸਟਰਿਜ਼ਮ ਦਾ ਅਸਰ ਅੰਦਾਜ਼ ਇੰਨਾ ਵੱਡਾ ਪੰਜਾਬ ਦੇ ਵਿੱਚ ਹੈਗਾ, ਆਪਾਂ ਨੂੰ ਪਤਾ, ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਜੇਲ੍ਹਾਂ ਦੇ ਵਿੱਚ ਸਰੇਆਮ ਵੀਡੀਓਜ਼ ਪਾਈਆਂ ਜਾਂਦੀਆਂ। ਬਿਲਕੁਲ, ਉਹ ਡੀ ਜੀ ਪੀ ਇੱਕ ਵਾਰ ਡਿਨਾਈ ਕਰਦੇ ਵੀ ਸਾਡੀ ਨਹੀਂ, ਅਗਲੇ ਦੁਬਾਰਾ ਪਾ ਦਿੰਦੇ ਆ, ਉਹਦੇ ਬਾਰੇ ਚੁੱਪ ਵੱਟ ਲਈ ਜਾਂਦੀ ਹੈ। ਯਾਨੀ ਕਿ ਇੱਥੋਂ ਪਤਾ ਲੱਗਦਾ ਹੈ ਸੁਖਵਿੰਦਰ ਜੀ ਕਿ ਉਹ ਕਿੰਨੀਆਂ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਹੈਗੀਆਂ, ਔਰ ਉਹਨਾਂ ਦਾ ਸਾਡੇ ਰਾਜਨੀਤਿਕ ਤੰਤਰ ਦੇ ਉੱਪਰ ਅਤੇ ਪ੍ਰਸ਼ਾਸਨ ਦੇ ਉੱਪਰ ਕਿੰਨੀ ਪਕੜ ਪੀੜੀ ਹੋ ਚੁੱਕੀ ਹੋਈ ਹੈ। ਸੋ ਇਹ ਤੋੜਨੀ ਲਾਜ਼ਮੀ ਹੈ, ਆਪਾਂ ਨੂੰ ਪਤਾ, ਜਿੰਨਾ ਚਿਰ ਤੋੜੀ ਨਹੀਂ ਨਾ ਜਾਂਦੀ ਸੁਖਵਿੰਦਰ ਜੀ, ਇਹ ਆਪਾਂ ਤੁਸੀਂ ਮੈਂ ਬਿਲਕੁਲ ਸੇਫ ਨਹੀਂ ਹੈ, ਕੋਈ ਵੀ ਸੇਫ ਨਹੀਂ ਹੈਗਾ ਗੈਂਗਸਟਰਿਜ਼ਮ ਦੇ ਵਿੱਚ, ਜਿਹੜਾ ਹੈ ਜਿਹਨਾਂ ਨੇ ਵੀ ਇਹਨਾਂ ਨੂੰ ਪਾਲਿਆ ਹੋਏਗਾ, ਮਜ਼ਬੂਤ ਕੀਤਾ ਹੋਏਗਾ, ਈਵਨ ਉਹ ਸੇਫ ਨਹੀਂ ਹੋਣਗੇ। ਸੋ ਇਹ ਮੁੱਢਲੀ ਗੱਲ ਹੈ ਜਿਹਦੇ ਵੱਲ ਇਸ਼ਾਰਾ ਕਰ ਰਹੇ ਆ ਸਿੱਧੂ ਮੂਸੇਵਾਲਾ ਦਾ ਪਰਿਵਾਰ, ਉਹ ਬਿਲਕੁਲ ਠੀਕ ਹੈ। ਪਰ ਜੇ ਆਪਾਂ ਕਹੀਏ ਕਿ ਇਹਦਾ ਕੋਈ ਸਿਆਸੀ ਪ੍ਰਭਾਵ ਹੋਏਗਾ ਉਹਨਾਂ ਦੇ ਕਹੇ 'ਤੇ, ਬਹੁਤ ਸਰਕਾਰਾਂ ਜਿਹੜੀਆਂ ਮਜ਼ਬੂਤ ਐਕਸ਼ਨ ਲੈਣਗੀਆਂ, ਸਰਕਾਰਾਂ ਆਪਣੀ ਸੋਚ ਮੁਤਾਬਕ, ਆਪਣੀ ਨੀਤੀ ਮੁਤਾਬਕ ਉਹਨਾਂ ਨੂੰ ਕੀ ਸੂਟ ਕਰਦਾ ਕੀ ਨਹੀਂ ਕਰਦਾ ਉਹਦੇ ਮੁਤਾਬਕ ਉਹ ਫੈਸਲਾ ਲੈਣਗੀਆਂ। ਯਾਨੀ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਦਾ ਉਹ ਹੁਣ ਬੋਝ ਨਹੀਂ ਮੈਨੂੰ ਨਜ਼ਰ ਆਉਂਦਾ ਸੁਖਵਿੰਦਰ ਜੀ। ਬਿਲਕੁਲ ਬਿਲਕੁਲ ਬਿਲਕੁਲ, ਖ਼ਬਰਾਂ ਹੋਰ ਬਹੁਤ ਨੇ, ਪੰਜਾਬ ਦੇ ਮੁੱਦੇ ਹੋਰ ਬਹੁਤ ਨੇ, ਪਰ ਸਮਾਂ ਸੀਮਤ ਹੁੰਦਾ, ਇਸ ਕਰਕੇ ਸੀਮਤ ਸਮੇਂ ਦੇ ਵਿੱਚ ਰਹਿ ਕੇ ਅਸੀਂ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਜਿੱਥੋਂ ਤੱਕ ਸਵਾਲ ਗੈਂਗਸਟਰਿਜ਼ਮ ਦਾ, ਮੁੱਖ ਮੰਤਰੀ ਸਾਹਿਬ ਨੂੰ ਤਾਂ ਜ਼ੈਡ ਪਲੱਸ ਸਿਕਿਉਰਿਟੀ ਮਿਲ ਗਈ ਹੈ ਜਾਂ ਕੁਝ ਖਾਸ ਲੋਕਾਂ ਦੇ ਆਲੇ ਦੁਆਲੇ ਸਿਕਿਉਰਿਟੀ ਰਹਿੰਦੀ ਹੈ, ਪਰ ਆਮ ਲੋਕਾਂ ਦਾ ਕੀ, ਜਿਨ੍ਹਾਂ ਨੇ ਆਮ ਲੋਕਾਂ ਦੀ ਸਰਕਾਰ ਚੁਣੀ ਸੀ, ਜਿਨ੍ਹਾਂ ਨੇ ਬਦਲਾਅ ਚੁਣਿਆ ਸੀਗਾ, ਉਹਨਾਂ ਦਾ ਕੀ, ਉਹ ਆਪਣੀ ਸੇਫਟੀ ਨੂੰ ਲੈ ਕੇ ਸਰਕਾਰ ਦੇ ਵੱਲ ਤੱਕਦੇ ਨੇ। ਸਰਕਾਰ ਕੌਣ ਹੈ? ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਦੇ ਅਧੀਨ ਗ੍ਰਹਿ ਮੰਤਰਾਲੇ ਆ। ਖ਼ਬਰਾਂ ਲਗਾਤਾਰ ਬਣਦੀਆਂ ਰਹਿੰਦੀਆਂ ਨੇ, ਕਦੇ ਕਿਤੇ ਲੁੱਟ ਖੋਹ ਹੋ ਗਈ, ਕਿਤੇ ਦਿਨ ਦਿਹਾੜੇ ਕਤਲੇਆਮ ਹੋ ਗਿਆ। ਇਹ ਸਭ ਦੇ ਵਿਚਾਲੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ 'ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ।